ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ ਨਾਵਾ ਦੇ ਮੰਚ ਤੇ ਆਪ ਸਭ ਦਾ ਸਵਾਗਤ ਹੈ। ਇਸ ਵੇਲੇ ਸਾਡੇ ਮੋਜ਼ਜ਼ ਮਹਿਮਾਨ ਡਾਕਟਰ ਪੈਰਾਲਾਜੀ ਗਰਗ ਸਾਡੇ ਨਾਲ ਮੌਜੂਦ ਨੇ ਪੰਜਾਬ ਨਾਵਾ ਦੇ ਮੰਚ ਤੇ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਰ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਨਾਵਾ ਤੇ। ਛੁਟ ਗਿਆ ਜੀ ਬਹੁਤ-ਬਹੁਤ ਸਤਿ ਸ੍ਰੀ ਅਕਾਲ। ਸਰ ਮੈਂ ਪਿਛਲੇ 3-4 ਦਿਨਾਂ ਦੀ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਪੰਜਾਬ ਦੇ ਵਿੱਚ ਰਾਜਨੀਤਿਕ ਹਲਕੇ ਵਿੱਚ ਕਿ ਜਿਸ ਤਰੀਕੇ ਨਾਲ ਪਹਿਲਾਂ ਕਪਤਨ ਅਮਨਿੰਦਰ ਸਿੰਘ ਨੇ ਪਾਰਟੀ ਅਨਾਉਂਸ ਕੀਤੀ ਸੀ ਪਰ ਲਾਸਟ ਮਿੰਟ ਤੇ ਵਾਪਸ ਲੈ ਲਈ। ਕੱਲ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਅਨਾਉਂਸ ਕਰਤੀ ਉਸ ਤੋਂ ਬਾਅਦ ਚੰਨੀ ਸਾਹਿਬ ਦਾ ਐਮਰਜੈਂਸੀ ਮੀਟਿੰਗ ਬੁਲਾਉਣਾ ਔਰ ਉਸ ਤੋਂ ਬਾਅਦ ਕਪਤਨ ਸਾਹਿਬ ਦਾ ਜਿਸ ਤਰੀਕੇ ਨਾਲ 7 ਸਫਿਆਂ ਦੇ ਚਿੱਠੀ ਲਿਖਣਾ ਬਿਰਮੀ ਸਾਹਿਬ ਵੱਲੋਂ ਵੀ ਨਵੀਂ ਪਾਰਟੀ ਕੁਝ ਦਿਨ ਪਹਿਲਾਂ ਬਣਾਉਣਾ ਮਤਲਬ ਇੱਕ ਕੀ ਹੋ ਕੀ ਰਿਆ ਸਭ ਜਿਸ ਤਰ੍ਹਾਂ ਨਮਾ ਵਿਧਾਨ ਸਭਾ ਸੈਸ਼ਨ ਵੀ ਆ ਰਿਹਾ ਬੀਆਰਐਸਐਫ ਦੇ ਉੱਪਰ ਗੱਲ ਹੋ ਰਹੀ ਆ ਕਿਸਾਨ ਬਲਾ ਦੇ ਉੱਪਰ ਗੱਲ ਹੋ ਰਹੀ ਆ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਜਿਵੇਂ ਭੰਬਲ ਪੂਸਾ ਜਿਹਾ ਕ੍ਰੀਏਟ ਕੀਤਾ ਜਾ ਰਿਹਾ ਹੁੰਦਾ ਪੋਲਿਟੀਕਲ ਪਾਰਟੀਆਂ ਵੱਲੋਂ ਜਿਵੇਂ ਤੇ ਸਿੰਘ ਸਾਹਿਬ ਕੈਪਟਨ ਸਾਹਿਬ ਚੰਨੀ ਸਾਹਿਬ ਤੇ ਜਿੰਨੇ ਸਾਰੇ ਨੇ ਪ੍ਰਗਟ ਨੇ ਕਿਸੇ ਮੋਰ ਦੇ ਤੌਰ ਤੇ ਕੰਮ ਕਰਦੇ ਦਿਖਦੇ ਨੇ ਤੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੋਈ ਜਾਲਾ ਜਾਂ ਪਾਇਆ ਜਾ ਰਿਹਾ ਉਹ ਜਿਵੇਂ ਮੋਤੀ ਇਹਦਾ ਜਾਲਾ ਉੱਤਰ ਆਇਆ ਤੇ ਕਾਲੇ ਮੋਤੀ ਇਹਦਾ ਜਾਲਾ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਸੀ ਪਰ ਇਹ ਸਰ ਮੈਂ ਚਾਹੂੰਗਾ ਕਿ ਤੁਸੀਂ ਲੋਕਾਂ ਦੀਆਂ ਅੱਖਾਂ ਦਾ ਜਿਹੜਾ ਸਮਾਜੀ ਜਾਲਾ ਹੈਗਾ ਔਰ ਜੋ ਸਿਆਸਤ ਵਾਲੇ ਕਰ ਰਹੇ ਨੇ ਇਹਨੂੰ ਸਰ ਕੱਢੋ ਲਾਹੋ ਜਾਲੇ ਨੂੰ ਇਹਦੇ ਤੇ ਟਿੱਪਣੀ ਕਰ ਸਕਦੇ ਦੋ ਕੁ ਸਾਲ ਜੇ ਪਿਛਲੇ 30 ਸਾਲ ਚ ਤਿੰਨ ਦਹਾਕਿਆਂ ਚ ਅਸੀਂ ਲੋਕਾਂ ਚ ਇਹ ਗੱਲ ਬਣਤੀ ਹੈ ਵੀ ਸਰਕਾਰ ਚੁਣੇ ਹੋਏ ਨਮਾਇਦਾਂ ਤੋਂ ਬਿਨਾ ਹੋਰ ਕੋਈ ਕੁਝ ਕਰ ਹੀ ਨਹੀਂ ਸਕਦਾ ਸਾਰੇ ਨਿਹਾਥੇ ਨੇ ਸੋ ਅਸੀਂ ਜਨਤਾ ਦੇ ਹੱਥੋਂ ਤਾਕਤ ਖੋ ਲਈ ਹੈ ਅਸੀਂ ਤਾਕਤ ਉਹ ਐਮਐਨਆ ਦੇ ਉਹਦੇ ਚੋਂ ਵੀ ਗਾਹਾਂ ਰਾਜ ਕਰਨੀ ਵਾਲੀ ਪਾਰਟੀ ਦੇ ਉਹਦੇ ਚੋਂ ਵੀ ਗਾਹਾਂ ਉਹਨਾਂ ਦੇ ਮੁੱਖ ਮੰਤਰੀ ਜਾਂ ਮੰਤਰੀਆਂ ਦੇ ਕੋਲ ਤਾਕਤ ਜਾਂ ਉਹਨਾਂ ਦੇ ਅਫਸਰ ਸਟਾਈਕ ਕੋਲ ਦਿੱਤੀ ਹੈ ਜੇ ਸਾਨੂੰ ਲੱਗਦਾ ਇਹੀ ਤਾਕਤਵਰ ਨੇ ਜੇ ਉਹਨਾਂ ਕੁਰਸੀਆਂ ਤੇ ਅਸੀਂ ਬਹਿ ਜੀਏ ਜਾਂ ਕੋਈ ਚੰਗਾ ਬੰਦਾ ਬਹਿ ਜੇ ਤੇ ਫੇਰ ਸ਼ਾਇਦ ਸਾਡਾ ਭਾਰ ਉਤਾਰਾ ਹੋ ਜੇ ਇਹ ਅਸੀਂ ਇੱਕ ਭਾਵਨਾ ਬਣਾਈ ਇਸ ਭਾਵਨਾ ਦੇ ਵਿੱਚੋਂ ਦੋ ਗੱਲਾਂ ਸਾਡੇ ਸਾਹਮਣੇ ਨਿਕਲਦੀਆਂ ਨੇ ਇੱਕ ਤਾਂ ਲੋਕ ਸ਼ਕਤੀਹੀਨ ਆ ਨਵੀਂ ਬਣੀ ਪਾਰਟੀ ਆਪ ਜਿਹਨੂੰ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਪੂਰੇ ਮੁਲਕ ਤੋਂ ਸਮਰਥਨ ਦਿੱਤਾ ਦਿੱਲੀ ਤੋਂ ਬਾਅਦ ਹੀ ਹੈ ਮਕਰ ਪਰ ਜੇ ਐਮਪੀ ਦੀਆਂ ਚੋਣਾਂ ਵਿੱਚ ਗਿਣੀਏ ਲੋਕ ਸਭਾ ਦੀਆਂ ਉਹਦੇ ਚ ਪੰਜਾਬ ਨਹੀਂ ਦਿੱਤਾ ਕਿਉਂਕਿ ਚਾਰੇ ਪੰਜਾਬ ਚ ਹੋਏ ਆਏ ਸੀ ਦੂਜੇ ਜਗ੍ਹਾ ਤੋਂ ਤਾਂ ਆਏ ਹੀ ਨਹੀਂ ਤੇ ਹੁਣ ਵੀ ਜੇ ਇੱਕ ਐਮਪੀ ਆਇਆ ਲੋਕ ਸਭਾ ਚ ਤਾਂ ਫਿਰ ਪੰਜਾਬ ਦੇ ਹੀ ਜਿੱਤ ਕੇ ਆਇਆ ਹੈ ਸੋ ਉਹ ਵੀ ਇਹ ਮਹਿਸੂਸ ਕਰਦੇ ਨੇ ਜਿਹੜੇ ਕਹਿੰਦੇ ਬਦਲਾਅ ਦੀ ਰਾਜਨੀਤੀ ਦਵਾਂਗੇ ਕਿ ਲੋਕ ਤਾਂ ਪਿੱਛੇ ਲੱਗ ਹੁੰਦੇ ਨੇ ਲੋਕਾਂ ਨੂੰ ਲੀਡਰ ਨੇ ਹੀ ਸਿਖਾਣਾ ਹੈ ਲੀਡਰ ਦੇ ਨਾਲ ਹੀ ਲੱਗਣਗੇ ਲੋਕ ਤਾਂ ਹੀ ਕੰਮ ਹੋਊ ਲੋਕ ਨਹੀਂ ਕਰਾ ਸਕਦੇ ਆਪਦੇ ਕੰਮ ਇਹ ਦਮ ਲੋਕ ਸ਼ਕਤੀ ਹੀ ਨਹੀਂ ਔਰ ਨਾ ਹੀ ਲੋਕਾਂ ਨੂੰ ਸ਼ਕਤੀ ਦੇਣੀ ਹੈ ਇਹ ਜਿਹੜੀ ਇੱਕ ਨਵੀਂ ਪਾਰਟੀ ਬਣੀ ਉਹਦੀ ਗੱਲ ਕਰਦਾ ਬਾਕੀ ਰਵਾਇਤੀ ਪਾਰਟੀਆਂ ਦਾ ਤਾਂ ਆਪਾਂ ਦੇਖਿਆ ਹੀ ਹੈ ਜੋ ਹਾਲ ਹੈ ਉਹਨਾਂ ਦੇ ਤਾਂ ਉੱਤੇ ਪ੍ਰਧਾਨ ਜਾਂ ਸਕੱਤਰ ਜਿਹੜਾ ਵੀ ਹੋਵੇ ਉਹਦੀ ਚੱਲਦੀ ਹੈ ਉਹ ਉਹਦੇ ਵਿੱਚ ਉਹ ਗਾ ਜੇ ਉਹੀ ਇਸੇ ਕਰਕੇ ਪਹਿਲਾਂ ਪ੍ਰਧਾਨ ਔਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਵੱਖਰੇ ਹੁੰਦੇ ਸੀ ਹੌਲੀ ਹੌਲੀ ਉਹਨਾਂ ਨੇ ਜਿਹੜਾ ਪ੍ਰਧਾਨ ਹੈ ਉਹੀ ਮੁੱਖ ਮੰਤਰੀ ਜਾਂ ਉਹੀ ਪ੍ਰਧਾਨ ਮੰਤਰੀ ਹੋਏਗਾ ਕਿਉਂ ਕਿਉਂਕਿ ਉਹਦੇ ਵਿੱਚ ਅਜੇ ਬੀਜੇਪੀ ਦਾ ਇਹ ਹੈ ਨਹੀਂ ਬੀਜੇਪੀ ਚ ਪ੍ਰਧਾਨ ਪ੍ਰਧਾਨ ਮੰਤਰੀ ਨਹੀਂ ਬਣ ਰਿਹਾ ਪਰ ਬਾਕੀਆਂ ਚਾਹੀਏ ਹੋ ਗਿਆ ਕਿਉਂਕਿ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਜਿਹੜਾ ਪ੍ਰਧਾਨ ਹੈ ਉਹੀ ਵਸ ਉਹਦੇ ਕੋਲ ਹੀ ਤਾਕਤ ਹੈ ਸਾਰੀ ਸੋ ਜਦ ਅਸੀਂ ਤਾਕਤ ਕੁਝ ਹੱਥਾਂ 'ਚ ਕੁਝ ਵਿਅਕਤੀਆਂ 'ਚ ਕੇਂਦਰਿਤ ਕਰਾਂਗੇ ਤਾਂ ਪਰਤਾ ਤਾਂ ਹੋਣਾ ਨਹੀਂ ਪਰ ਹੁਣ ਤਾਕਤ ਵਾਰ-ਵਾਰ ਲੈਣੀ ਪੈਂਦੀ ਹੈ ਇਹ ਇੱਕ ਦੁਖਾਂਤ ਹੈ ਸਾਡੇ ਸੰਵਿਧਾਨ ਦਾ ਸਿਆਸਤਦਾਨਾਂ ਵਾਸਤੇ ਲੋਕਾਂ ਵਾਸਤੇ ਇੱਕ ਸੁਖਾਂਤ ਵੀ ਆ ਮੈਂ ਕਹਾਂਗਾ ਚਾਹੇ ਚੰਗਾ ਮਾੜਾ ਜੋ ਮਰਜੀ ਹੈ ਵੋਟਾਂ ਵਾਸਤੇ ਉਹਨਾਂ ਦਾ ਪੈਂਦਾ ਹੀ ਹੈ ਨਾ ਸੋ ਉਹਦੇ ਵਿੱਚ ਫਿਰ ਉਹਨਾਂ ਦੀ ਢੋਲ ਬਣ ਜਾਂਦੀ ਹੈ ਕਿ ਅਸੀਂ ਕੋਈ ਹੋ ਜਾ ਤਿਤਸਮੀ ਜਾਲ ਬੁਣਿਆ ਹੈ ਜਿਹਦੇ ਨਾਲ ਜਿਹੜਾ ਜਾਲਾ ਤੁਸੀਂ ਕਿਹਾ ਲੋਕਾਂ ਦੀਆਂ ਅੱਖਾਂ ਦੇ ਉੱਤੇ ਜਿਹਨੂੰ ਕਾਲਾ ਮੋਤੀਆ ਕਹਿੰਦੇ ਨੇ ਮੈਂ ਇਹਨੂੰ ਕਾਲਾ ਤਾਂ ਨਹੀਂ ਕਹਾਵਾਂਗਾ ਮੈਂ ਇਹਨੂੰ ਚਿੱਟਾ ਮੋਤੀਆ ਕਹਾਵਾਂਗਾ ਕਿਉਂਕਿ ਕਾਲੇ ਮੋਤੀਏ ਤਾਂ ਜਿੰਨੀ ਅੱਖ ਚਲੀ ਜਾਵੇ ਉਹ ਮੁੜ ਕੇ ਠੀਕ ਨਹੀਂ ਹੁੰਦੀ ਨਜ਼ਰ ਜਿੰਨੀ ਖਤਮ ਹੋ ਜੇ ਪਰ ਚਿੱਟਾ ਮੋਤੀਆ ਦੇ ਵਿੱਚ ਇਹ ਹੁੰਦਾ ਹੈ ਵੀ ਨਜ਼ਰ ਚਲੀ ਜਾਂਦੀ ਹੈ ਉਹ ਜਦ ਅਸੀਂ ਉਹਦਾ ਕੱਢ ਦਿੰਨੇ ਆਂ ਸ਼ੀਸ਼ਾ ਫਿਰ ਮੁੜ ਕੇ ਉਹ ਨਜ਼ਰ ਆ ਜਾਂਦੀ ਹੈ ਸੋ ਮੈਂ ਇਹਨੂੰ ਚਿੱਟਾ ਮੋਤੀਆ ਕਹਾਂਗਾ ਕਾਲਾ ਮੋਤੀਆ ਨਹੀਂ ਕਹਿਣਾ ਕਿਉਂਕਿ ਲੈ ਸਕਦਾ ਹੁਣ ਕੀ ਕਰਤਾ ਇਹਨਾਂ ਨੇ ਉਂਝ ਮਨੋਂ ਮੋਤੀਆ ਹੀ ਹੈ ਇਹਨੂੰ ਮੋਤੀਆ ਕੰਦਾ ਵੀ ਕਹਿ ਲੀਏ ਕਿ ਲੋਕਾਂ ਦੀ ਅੱਖਾਂ ਅੱਗੇ ਇੱਕ ਪਰਦਾ ਪਾਤਾ ਇਸੇ ਪਰਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿਪ ਕੂ ਕਿਪ ਸਚਿਆਰਾ ਹੋਈ ਐ ਕਿ ਕੂਡੇ ਤੱਟੇ ਪਾਲ ਉਹ ਕਿਤੇ ਵੀ ਜਦ ਤੁਹਾਡੇ ਅਗਿਆਨਤਾ ਦਾ ਪਰਦਾ ਹੋਵੇ ਕਿ ਸੱਚ ਦੀ ਖੋਜ ਦੇ ਵਿਚਾਰੇ ਸੱਚ ਤੇ ਝੂਠ ਦੇ ਵਿਚਾਰੇ ਇੱਕ ਪਰਦਾ ਹੈ ਉਹ ਸੱਚ ਤੁਹਾਡਾ ਮੁਰਸ਼ਿਦ ਹੋ ਸਕਦਾ ਹੈ ਉਹ ਸੱਚ ਤੁਹਾਡੀ ਖੋਜ ਗਿਆਨ ਦੀ ਹੋ ਸਕਦੀ ਹੈ ਉਹ ਸੱਚ ਤੁਹਾਡੀ ਹਕੀਕਤ ਹੋ ਸਕਦੀ ਹੈ ਉਹਨੂੰ ਦੇਖਣਾ ਝੂਠ ਹੈ ਜਿਹੜਾ ਉਹ ਮੁਰਸ਼ਿਦ ਦੀ ਥਾਂ ਤੇ ਕੋਈ ਹੋਰ ਰੂਪ ਬਣਾ ਕੇ ਖੜਾ ਕਰਿਆ ਹੋ ਸਕਦਾ ਹੈ ਉਹ ਖੋਜ ਦੀ ਥਾਂ ਤੇ ਐਵੇਂ ਦਿਖਣ ਦੀ ਗੱਲ ਹੋ ਸਕਦੀ ਹੈ ਉਹ ਤੁਹਾਡੀ ਹਕੀਕਤ ਦੀ ਥਾਂ ਤੇ ਭੜਾਵਾ ਛਲਾਵਾ ਕਸੁੰਬੜੇ ਦਾ ਰੰਗ ਹੋ ਸਕਦਾ ਹੈ ਰੰਗ ਕਸੁੰਬੜਾ ਦੇਖ ਪੁੱਢੀ ਮੇਰੇ ਰਮਈਏ ਰੰਗ ਮਜੀਠ ਦਾ ਮੇ ਰੰਗ ਕਸੁੰਬੜਾ ਦੇਖ ਪੁੱਢੀ ਯਾਨੀ ਕਿ ਜਿਹੜਾ ਮਜੀਠ ਦਾ ਰੰਗ ਹੁੰਦਾ ਭਾਵੇਂ ਇਹਨਾਂ ਸੋਹਣਾ ਨਹੀਂ ਲੱਗਦਾ ਪਰ ਪੱਕਾ ਹੁੰਦਾ ਇੱਕ ਕਸੁੰਬੜੇ ਦੇ ਰੰਗ ਵਾਲੇ ਨੇ ਜਿਹੜਾ ਐ ਸੋਹਣਾ ਜਾ ਕਰਕੇ ਦਿਖਾਉਂਦੇ ਨੇ ਤੇ ਮੁੜ ਕੇ ਨਿਕਲਦਾ ਕੁਛ ਨਹੀਂ ਇੱਥੇ ਅਸੀਂ ਪਹੁੰਚਾ ਠੀਕ ਹੈ ਤੁਸੀਂ ਇਹ ਛਲਾਵਾ ਹੈ ਇਹ ਭਲਾਵਾ ਹੁਣ ਪਾਰਟੀਆਂ ਦੀ ਜਿਹੜੀ ਹਕੀ ਹੈ ਇੰਨੀਆਂ ਪਾਰਟੀਆਂ ਕਿਵੇਂ ਬਣ ਜਾਂਦੀਆਂ ਨੇ ਇਹ ਕਿਵੇਂ ਉੱਗ ਕੇ ਆ ਰਹੀਆਂ ਨੇ ਇਹਦੇ ਦੋ ਕਾਰਨ ਨੇ ਇੱਕ ਤਾਂ ਇਹ ਹੈ ਕਿ ਜਿਹੜੇ ਬੰਦੇ ਇਹ ਸਮਝਦੇ ਨੇ ਵੀ ਇਹ ਤਾਕਤ ਸਿਰਫ ਸਿਆਸਤ ਦੇ ਵਿੱਚ ਜਾ ਕੇ ਐਮਐਲਏ ਬਣ ਕੇ ਜਾਂ ਮੁੱਖ ਮੰਤਰੀ ਬਣ ਕੇ ਹੀ ਮਿਲ ਸਕਦੀ ਹੈ ਉਹ ਇਸ ਪਾਸੇ ਨੂੰ फटाफट ਖੁੰਮਾ ਵੀ ਮੈਂ ਆ ਜਾ ਮੈਂ ਸਭ ਕੁਝ ਕਰ ਦਾਂਗਾ ਹਰੇਕ ਨੂੰ ਆਪਦੀ ਹਾਕਮ ਤੇ ਬਗਾਨੀ ਮਾਇਆ ਵੱਡਿਓ ਵੱਡੀ ਲੱਗਦੀ ਹੈ ਵੀ ਮੈਂ ਆ ਗਿਆ ਤਾਂ ਆ ਗਿਆ ਉਹ ਉਹਨੇ ਕੋਈ ਪਾਰਟੀ ਵਾਲੇ ਜਿਹੜੇ ਬਿਊਰੋਕਰੇਟ ਨੇ ساری ਉਮਰ ਚ ਕੰਮ ਨਾ ਕਰਿਆ ਉਹ ਬਿਊਰੋਕਰੇਟ ਅੱਗੇ ਆਈ ਜਾ ਰਹੇ ਨੇ ਜਿਹੜੇ ਕੋਈ ਪ੍ਰੋਫੈਸਰ ਯੂਨੀਵਰਸਿਟੀ ਹੋਰ ਉਹਨੇ ساری ਉਮਰ ਚ ਕਦੇ ਜਵਾਕਨ ਤਾਂ ਪੜਾਇਆ ਨਾ ਹੋਵੇ ਉਹ ਅੱਗੇ ਆ ਰਹੇ ਨੇ ਉਹ ਬੜੇ ਸਰਾਹਕਾਰ ਬਣੇ ਹੋਏ ਨੇ ਉਹਨਾਂ ਨੂੰ ਮੈਂ ਮੈਂ ਹਮੇਸ਼ਾ ਇਹ ਸੋਚਦਾ ਹਾਂ ਵੀ ਲੋਕ ਬੰਦੇ ਨੂੰ ਇਹ ਤਾਂ ਕਹਣ ਵੀ ਯਾਰ ਤੂੰ ਇੰਨੀ ਹੰਬਲ ਹੋ ਗਈ ਤੇਰੀ 50 60 ਸਾਲ 70 ਸਾਲ ਤੂੰ ਪਿੱਛੇ ਕਰਿਆ ਕੀ ਆ ਜਿਹੜੇ ਵੀ ਛੋਟੇ ਵਿੱਚ ਤੂੰ ਰਿਹਾ ਉਹਦੇ ਤੇਰੀ ਸਫਲਤਾ ਦੱਸਦੇ ਜੇ ਤਾ ਤੂੰ ਉੱਥੇ ਕੋਈ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਤਾਂ ਆਪਾਂ ਮੰਨ ਲਾਂਗੇ ਵੀ ਇੱਥੇ ਵੀ ਕਰ ਰਹੇਗਾ ਜੇ ਤੂੰ ਉੱਥੇ ਨਹੀਂ ਕਰ ਸਕਿਆ ਤਾਂ ਤੁਸੀਂ ਇੱਥੇ ਛੋਟੇ ਚ ਪ੍ਰਾਪਤ ਕਿਵੇਂ ਕਰੋਗੇ ਪਰ ਇੱਕ ਤੋਂ ਉਸ ਤੋਂ ਨਿਕਲਦੀਆਂ ਨੇ ਪਾਰਟੀਆਂ ਕਿ ਅਸੀਂ ਬਹੁਤ ਕੁਝ ਕਰ ਲਾਂਗੇ ਦੂਜਾ ਇੱਕ ਹਾਲਚ ਹੋ ਗਿਆ ਵੀ ਜਿਹੜਾ ਸਿਆਸਤ ਜਾਂਦਾ ਉਹਦੇ ਕੋਲ ਆਹ ਸਭ ਕੁਝ ਉਹਦੇ ਕੋਲ ਇਕੱਠਾ ਹੋ ਜਾਂਦਾ ਜਿਹਨੂੰ ਮਰਜ਼ੀ ਅੰਦਰ ਕਰਾਵੇ ਜਿਹਨੂੰ ਮਰਜ਼ੀ ਸਾਰੇ ਉਹਦੇ ਕਹੇ ਤੋਂ ਪੁਲਿਸ ਉਹਦੇ ਕਹੇ ਤੋਂ ਬਿਊਰੋਕ੍ਰਾਸੀ ਉਹਦੇ ਕਹੇ ਤੋਂ ਆ ਬਾਕੀ ਜਿਹੜੇ ਕਿੱਤਾ ਮਾਰਨੇ ਉਹਦੇ ਕਹੇ ਤੋਂ ਬਿਨਾ ਪੱਤਾ ਨਹੀਂ ਹਿੱਕਦਾ ਉਹਨਾਂ ਨੂੰ ਇਹ ਲੱਗਦਾ ਵੀ ਫਿਰ ਆਪਣੀ ਤਾਂ ਤਾਕਤ ਹੀ ਨਹੀਂ ਆ ਰਹੀ ਉਹ ਤੱਕ ਤੇਨ ਵਾਸਤੇ ਜਾਣਦੇ ਨੇ ਜੇ ਨਾ ਵੀ ਲੋਕਾਂ ਦਾ ਕੁਝ ਕਰਨਾ ਹੋਵੇ ਚੀਜ਼ਾਂ ਇਹਦੇ ਵਿੱਚ ਜਨ ਪਾਰਟੀਆਂ ਦੀ ਬਹੁਤ ਤੱਕ ਪੈਦਾ ਕਰੀ ਜਾਂਦੀ ਆ ਜਾਂ ਕੈਂਡੀਡੇਟ ਦੀ ਬੰਦਤਾ ਪੈਦਾ ਕਰੀ ਜਾਂਦੇ ਆ ਉਮੀਦਵਾਰਾਂ ਦੀ ਉਹ ਸਿਆਸੀ ਪਾਰਟੀਆਂ ਦਾ ਸਾਡੀ ਸਟੇਟ ਦਾ ਡੀਪ ਸਟੇਟ ਜਿ ਨੂੰ ਅਸੀਂ ਕਹਿੰਦੇ ਆ ਜਾਨੀ ਕਿ ਜਿਹੜਾ ਸਾਡਾ ਰਾਜ ਸਤਾ ਹੈ ਰਾਜ ਸਤਾ ਕੱਢੀ ਚੋਣੇ ਨਮਾਇਦੀ ਨਹੀਂ ਹੈਗੇ ਬਿਰੋਕ੍ਰੇਸੀ ਆਪਲ ਸਾਇਫ ਹੋ ਜਾਏ ਜਿਨ੍ਹਾਂ ਨੇ ਅਦਾਲਤਾਂ ਨੇ ਪ੍ਰੋਫੈਸ਼ਨਲ ਮਾਰਨੇ ਇਹ ਸਾਰੇ ਐਮੀ ਨਹੀਂ ਬੈਠੇ ਇਹ ਸਾਰੀ ਰਾਜ ਸੱਤਾ ਦੇ ਅੰਗ ਨੇ ਈਵਨ ਧਰਮ ਉਹਦੇ ਰਹੀ ਵੀ ਆਪਾਂ ਦੇਖ ਲਈਆਂ ਜੋ ਕੁਝ ਪ੍ਰਚਾਰ ਹੁੰਦੇ ਨੇ ਫਿਰ ਮੀਡੀਆ ਸੋ ਰਾਜ ਸੱਤਾ ਜਿਹੜੀ ਹੈ ਉਹ ਵੀ ਕਹਿੰਦੀ ਆ ਕਿ ਜੇ ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਜਾਂ ਵਿਸ਼ੇਸ਼ ਪਾਰਟੀ ਨੂੰ ਅੱਗੇ ਦੇ ਹੋਣਾ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਜੇ ਵੋਟਾਂ ਨੂੰ ਵੰਡ ਦਈਏ ਤਾਂ ਉਹ ਥੋੜੀਆਂ ਵੋਟਾਂ ਨਾਲ ਵੀ ਜਿੱਤ ਜਾਈਗੀ ਤੇ ਲੋਕਾਂ 'ਚ ਕਨਫਿਊਜ਼ਨ ਪੈਦਾ ਰਹੂ ਫਿਰ ਲੋਕ ਆਪ ਹੀ ਕਹਿ ਜਾਣਗੇ ਜਦ ਅਸੀਂ ਤਾਂ ਵੰਡੇ ਰਹੇ ਵੰਡਦੇ ਉਹ ਨੇ ਪਰ ਲੋਕ ਆਪ ਕਹਿਣਗੇ ਕਿ ਅਸੀਂ ਵੰਡੇ ਨੇ ਸੋ ਇਹ ਜਿਹੜੀਆਂ ਨੇ ਬਿਲਕੁਲ ਤੁਸੀਂ ਠੀਕ ਕਿਹਾ ਇੱਕ ਤਾਂ ਪਿੱਛੋਂ ਵੀ ਚਾਲ ਚੱਲ ਰਹੀ ਆ ਪਹਿਲਾਂ ਹੀ ਆ ਕਿ ਪਿੱਛੋਂ ਇੱਕ ਚਾਲ ਹੈ ਕਿ ਵੋਟਾਂ ਵੰਡ ਦੋ ਨਵੀਆਂ ਨਵੀਆਂ ਪਾਰਟੀਆਂ ਖੜੀਆਂ ਕਰ ਦੋ ਜੀਚ ਮਾੜੀ ਜੀ ਉਮੀਦ ਆ ਉਹ ਖੜੇ ਕਰ ਦੋ ਦੂਜਾ ਲੋਕ ਨਰਾਸ਼ ਹੋ ਜਾਣ ਵੀ ਜਾ ਰੋ ਪਾਰਟੀ ਨੂੰ ਪਾਇਆ ਆਪ ਆਲੇ ਤੋਂ ਆਪ ਆਲੇ ਜਦ ਆਪ ਦਾ ਫੀਨੋਮੀਨਾ ਆਇਆ ਉਦੋਂ ਬਾਕੀ ਪਾਰਟੀਆਂ ਚਾਹੇ ਆਪਣਾ ਪੰਜਾਬ ਬਣ ਗਈ ਚਾਹੇ ਕੋਈ ਹੋਰ ਬਣ ਗਈ ਉਹਨਾਂ ਨੂੰ ਲੋਕਾਂ ਨੇ ਬਹੁਤਾ ਮੂੰਹ ਨਹੀਂ ਲਾਇਆ ਆਪ ਦੇ ਜਿਹੜਾ ਸੀਗਾ ਵਰਤਾਂਤ ਉਹਨੂੰ ਲੋਕਾਂ ਨੇ ਪੱਠੇ ਪਾਏ ਪਰ ਉਸ ਵਰਤਾਂਤ ਤੋਂ ਜਿਹੜੇ ਤਾਂ ਐਮਪੀ ਚੁਣੇ ਗਏ ਉਹ ਚ ਤਾਂ ਉਹਨਾਂ ਦੀ ਕੋਈ ਬਹੁਤੀ ਤਸਦੀਕ ਹੋਈ ਹੋਈ ਨਹੀਂ ਕਹੀ ਜੋ ਮਰਜੀ ਜਾਵੇ ਕੋਈ ਕਿਉਂਕਿ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਕਰਿਆ ਨੂੰ ਤਾਂ ਚਾਰ ਸੀਗੇ ਚਾਰੇ ਵਕ ਵਕ ਹੋਗੇ ਦੋ ਤਾਂ ਬਿਲਕੁਲ ਹੀ ਵਰਕ ਹੋ ਗਿਆ ਇੱਕ ਮੋਦੀ ਨਾਲ ਵੈਸੇ ਰਲ ਗਿਆ ਇੱਕ ਜਾ ਕੇ ਬੀਜੇਪੀ ਜੀ ਜੁਆਇਨ ਕਰ ਗਿਆ ਜੇ ਤੁਸੀਂ ਜਿਹੜੀ ਪਾਰਟੀ ਤੇ ਚੋਣ ਜਿੱਤ ਕੇ ਆਏ ਹੋ ਜੇ ਤੁਹਾਡੇ ਏਡੇ ਵੱਡੇ મત ਭੇਦ ਨੇ ਕਿ ਉਹਦੇ ਖਿਲਾਫ ਤੁਸੀਂ ਪਾਰਟੀ ਬਣਾ ਕੇ ਐਸੈਂਬਲੀ ਦੀਆਂ ਚੋਣਾਂ ਲੜਦੇ ਹੋ ਫਿਰ ਤੁਸੀਂ ਭਾਈ ਘੱਟੋ ਘੱਟ ਉਸ ਐਮਪੀ ਸ਼ਿਪ ਤੋਂ ਤਾਂ ਰਿਜਾਈਨ ਕਰ ਦਿਓ ਜੇ ਤੁਸੀਂ ਉਹ ਤਾਂ ਰਿਜਾਈਨ ਨਹੀਂ ਕਰਦੇ ਤੁਸੀਂ ਉਹਦੇ ਉੱਤੇ ਵੀ ਟਕੇ ਰਹੇ ਨੇ ਹੋ ਇਹਦਾ ਮਤਲਬ ਤੁਸੀਂ ਤਾਂ ਸਿੱਧੀ ਤੁਸੀਂ ਆਪਣੀ ਪਾਰਟੀ ਜਿਹਨੇ ਤੁਹਾਨੂੰ ਐਮਪੀ ਬਣਾਇਆ ਹੈ ਜੀ ਡਿਟਕ ਤੇ ਉਹਦੇ ਨਾਲ ਜੇ ਤੁਸੀਂ ਇਹ ਕੁਝ ਕਰ ਲਿਆ ਤੇ ਲੋਕਾਂ ਦਾ ਤੁਸੀਂ ਕੀ ਕਰੋਗੇ ਫਿਰ ਛਲਾਵਾ ਕਰੋਗੇ ਛਲਾਵਾ ਕਰਦੇ ਨਹੀਂ ਬਹੁਤੇ ਮੰੰਦਰ ਸੱਚੇ ਸੁੱਚੇ ਕਹਨਾਂ ਅਰੇ ਵੀ ਛਲਾਵਾ ਕਰਦੇ ਨੇ ਸਵਾਲ ਇਹਦੇ 'ਚ ਇਹ ਕੋਈ ਇਹ ਨਹੀਂ ਹੈਗਾ ਆਪਾਂ ਨੇ ਦੇਖੇ ਨੇ ਵੱਡੇ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਬੜਾ ਤਿਆਗ ਕਰਿਆ ਦੁਨੀਆ ਦੇ ਵਿੱਚ ਤੁਸੀਂ ਇਤਿਹਾਸ ਪੜ੍ਹੋ 2000 ਸਾਲ 3000 ਸਾਲ ਜਿੰਨਾ ਤੁਹਾਨੂੰ ਇਤਿਹਾਸ ਚ ਮਿਲਦਾ ਹੈ ਜਿਨ੍ਹਾਂ ਲੋਕਾਂ ਨੇ ਸੱਚਮੁੱਚ ਲੋਕਾਂ ਵਾਸਤੇ ਕੰਮ ਕਰਿਆ ਉਹ ਭੁੱਖੇ ਮਰੇ ਨੇ ਉਹਨਾਂ ਨੂੰ ਸੱਤਾ ਨੇ ਤੰਗ ਕਰਿਆ ਹੈ ਉਹਨਾਂ ਨੂੰ ਫਾਂਸੀਆਂ ਦਿੱਤੀਆਂ ਨੇ ਉਹਨਾਂ ਨੂੰ ਜ਼ਹਿਰ ਦੇ ਪਿਆਡੇ ਤੜਾਇਏ ਨੇ ਉਹਨਾਂ ਨੂੰ ਇੱਟਾਂ ਮਾਰੀਆਂ ਗਈਆਂ ਨੇ ਉਹਨਾਂ ਨੂੰ ਜਿੰਦੇ ਸਾਲੇ ਆਗੇ ਆ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਤੇ ਉਹਨਾਂ ਨੂੰ ਕਤਲ ਕੀਤਾ ਗਿਆ ਪਰ ਜਿਹੜੇ ਰਾਜ ਨਾਲ ਰਲ ਕੇ ਛੜਾਵਾ ਕਰਦੇ ਨੇ ਉਹ ਦੋਨੇ ਪਾਸੇ ਲੋਕਾਂ ਦੇ ਵੀ ਬੜੇ ਐ ਵੱਡੇ ਵੱਡੇ ਕਰਾਈ ਜਾਂਦੇ ਨੇ ਤੇ ਉਹ ਰਾਜ ਦੇ ਨਾਲ ਰਾਜ ਸੱਤਾ ਦਾ ਅਨੰਦ ਵੀ ਮਾਣਦੇ ਨੇ ਆਜੇ ਸਾਡੇ ਸਮਾਜ ਚ ਜਿਆਦਾ ਲੋਗ ਆ ਦੂਜੀ ਕੈਟਾਗਰੀ ਦੇ ਹੋਗੇ ਸਿਰ ਲਾਉਣ ਵਾਲੇ ਤੱਤੀਆਂ ਦਰਵੀਆਂ ਤੇ ਬੈਠਣ ਵਾਲੇ ਪੱਥਰ ਮਰਵਾਉਣ ਵਾਲੇ ਅੱਗ ਚ ਸੜਨ ਵਾਲੇ ਥੋੜੇ ਨੇ ਦੂਜੇ ਪਾਸੇ ਆਲੇ ਜਿਆਦਾ ਨੇ ਚਾਹੇ ਉਹ ਕਈ ਵੇ ਕੈਦ ਨੇ ਅਸੀਂ ਚਾਹੇ ਉਹ ਵਿਦਵਾਨ ਹੋਣ ਚਾਹੇ ਉਹ ਸਿਆਸਤਦਾਨ ਹੋਣ ਚਾਹੇ ਉਹ ਅਫਸਰਸ਼ਾਹ ਹੋਣ ਚਾਹੇ ਉਹ ਪ੍ਰੋਫੈਸ਼ਨਲ ਮਾਰ ਹੋਣ ਕਿ ਤਮਾਰ ਹੋਣ ਚਾਹੇ ਉਹ ਆ ਤੁਹਾਡੇ মিডিਆ ਆਲੇ ਹੋਣ ਜਿਹੜੇ ਵੀ ਹੋਣ ਉਹਨਾਂ ਚ ਬਹੁਤ ਜਿਆਦਾ ਗਿਣਤੀ ਇਹ ਆ ਗਈ ਆ ਕਿ ਆਪਾਂ ਯਾਰ ਆਪਣਾ ਕਰੋ ਆਪਾਂ ਬਾਕੀਆਂ ਤੋਂ ਕੀ ਲੈਣਾ ਹੈ ਕਿ ਤੂੰ ਆਪਣੀ ਫਸੀ ਨਿਵੇੜ ਤੈਨੂੰ ਹੋਰ ਨਾਲ ਕੀ ਸੋ ਉਹਦੇ ਉੱਤੇ ਜਦ ਅਸੀਂ ਜਾਂਨੇ ਆ ਉਹਦੇ ਵਿੱਚ ਅਸੀਂ ਜਿੰਨ ਮਨ ਹੋਰ ਮੁਖ ਫੋੜ ਸੇ ਕਾਂਡੇ ਕੱਟਿਆ ਲੈਨੇ ਜਿਨ੍ਹਾਂ ਦੇ ਹੱਥ 'ਚ ਛੁਰੀ ਹੈ ਕਾਚ 'ਚ ਛੁਰੀ ਹੈ ਤੇ ਮੂੰਹ 'ਚ ਰਾਮ ਰਾਮ ਹੈ ਉਹ ਬੰਦਿਆਂ ਨੂੰ ਅਸੀਂ ਪਛਾਣਦੇ ਨਹੀਂ ਕਿਉਂਕਿ ਸਾਨੂੰ ਪਿਛਲੇ 30 ਸਾਲ ਤੋਂ ਪਛਾਣਨ ਦੀ ਜਿਹੜੀ ਸਾਡੇ ਕੋਲੇ ਕਸੌਟੀ ਆਉਣੀ ਸੀ ਉਹ ਸਾਡੀ ਕਨਸਰਟੀ ਸਾਡੀ ਸਿੱਖਿਆ ਨੇ ਖੋਲੀ ਸਾਡੀ ਸਿੱਖਿਆ ਇਹੋ ਜੀ ਬਣ ਗਈ ਪ੍ਰਾਈਵੇਟ ਸਕੂਲ ਵਾਲੇ ਇੱਕ ਮਸ਼ੀਨ ਦੀ ਤਰ੍ਹਾਂ ਬੰਦਾ ਪੈਦਾ ਕਰਦੇ ਨੇ ਉਹਨੂੰ ਕੰਮ ਤਾਂ ਆਉਂਦਾ ਪਰ ਉਹ ਬੰਦੇ ਦਾ ਉਹਦੇ ਵਿੱਚ ਕੋਈ ਕੌਨ ਨਹੀਂ ਹੈ ਕਿ ਜਿਹੜੇ ਸਰਕਾਰੀ ਸਕੂਲ ਨੇ ਉਹ ਮਸ਼ੀਨ ਵੀ ਨਹੀਂ ਪੈਦਾ ਕਰਦੇ ਉਹ ਨਾ ਬੰਦੇ ਨੂੰ ਬੰਦਾ ਰਹਿਣ ਦਿੰਦੇ ਨੇ ਨਾ ਉਹਨੂੰ ਮਸ਼ੀਨ ਬਣਨ ਦਿੰਦੇ ਨੇ ਉਹਨੂੰ ਕੁਝ ਵੀ ਨਹੀਂ ਆਉਂਦਾ ਇਹ ਆਪਾਂ ਸਾਰੇ ਸਰਕਾਰੀ ਸਕੂਲਾਂ ਚਾਹ ਜਿਹੜਾ ਹੁਣ ਇਹ ਕਹੀ ਜਾਂਦਾ ਸੀ ਸਰਕਾਰ ਸਹਦਾ ਦੇਵਾਂਗੇ ਜਿੰਨੀਆਂ ਪਾਰਟੀਆਂ ਕਿਵੇਂ ਸਹਦਾ ਦੇਣਗੇ ਜੇ ਬਾਬੂ ਨੂੰ ਲਿਖਣਾ ਨਹੀਂ ਆ ਰਿਹਾ ਫਾਈਲ ਤੇ ਡਾਕਟਰ ਨੂੰ ਡਾਕਟਰੀ ਨਹੀਂ ਕਰਨੀ ਆ ਰਹੀ ਇੰਜੀਨੀਅਰ ਇੰਜੀਨੀਅਰਾਂ ਦੀ ਫਿਰ ਸਰ ਕੋਈ ਚੀਨੀ ਨਹੀਂ ਬਣੇਗਾ ਫੈਪਰੋਲਟੇ ਬਣੇਗਾ ਫਿਰ ਉਹ ਲਾਏਗਾ ਹੀ ਨਹੀਂ ਬੋਰ ਅਗੇ ਰਸਤਾ ਬੰਦ ਹੈ ਤੇ ਲੋਗ ਦਿਨ ਕੋੰ ਮਦਿਆ ਤੁਹਾਡੇ ਪਟਿਆਲੇ ਇੱਕ ਦਿਨ ਉਹ ਥੱਜੋਂ ਪੁਲਜਾ ਬਣਾਉਣ ਲੱਗੇ ਹੁਣ ਤਾਂ ਮਾੜੇ ਮੋਟੇ ਇੰਡੀਕੇਸ਼ਨ ਲਾਈ ਆ ਇਹਨਾਂ ਮੂਰਖਾਂ ਨੂੰ ਪੁੱਛੇ ਵੀ ਇਹ ਇੰਡੀਕੇਸ਼ਨਾਂ ਪਹਿਲਾਂ ਨਹੀਂ ਲਾਉਣੀਆਂ ਸੀ ਜਿਹੜਾ ਪਟਿਆਲੇ ਬਣਵਾ ਰਿਹਾ ਉਹ ਤੇ ਲਾਓ ਬਾਈ ਰੋ ਵੀ ਤੁਸੀਂ ਜੇ ਜਾਣਾ ਹੈ ਪੰਜਾਬੀ ਯੂਨੀਵਰਸਿਟੀ ਨੂੰ ਤਾਂ ਇੱਧਰ ਸੀ ਜਾਓ ਅੱਗੋਂ ਰਸਤਾ ਇੱਧਰ ਬੰਦ ਹੈ ਉਧਰੋਂ ਪੰਜਾਬੀ ਯੂਨੀਵਰਸਿਟੀ ਅੱਗੇ ਲਾ ਦਿਓ ਵੀ ਤੁਸੀਂ ਇੱਧਰ ਸੀ ਜਾਓ ਉੱਦੇ ਨਹੀਂ 라ਇਆ ਰਸਤਾ ਬੰਦ ਕਰਤਾ ਹੁਣ ਇਹ ਤਾਂ ਮੂਰਖ ਤੋਂ ਮੂਰਖ ਬੰਦਾ ਵੀ ਸਮਝ ਸਕਦਾ ਹੈ ਵੀ ਭਾਈ ਜੀ ਤੁਸੀਂ ਕੋਈ ਰਸਤਾ ਬੰਦ ਕਰਨਾ ਹੈ ਰਸਤਾ ਬੰਦ ਕਰਨ ਤੋਂ ਪਹਿਲਾਂ ਰਸਤਾ ਪਿੱਛੇ ਨਿਸ਼ਾਨ ਲਾਓ ਕਿ ਭਾਈ ਤੁਸੀਂ ਹੁਣ ਇੱਧਰ ਜੀ ਜਾਣਾ ਹੈ ਜੇ ਤੁਸੀਂ ਰਸਤਾ ਬੰਦ ਕਰਤਾ ਫਿਰ ਲੋਕ ਤਾਂ ਉੱਥੇ ਜਾਮ ਲੱਗੂਗਾ ਹੀ ਲੱਗੂਗਾ ਇਹ ਗੱਲ ਤੋਂ ਆਪਾਂ ਸਮਝੀਏ ਵੀ ਸਾਡੇ ਇਹ ਉਹ ਤਾਂ ਪ੍ਰੋਫੈਸ਼ਨਵਲਾਂ ਨਹੀਂ ਕਰਿਆ ਹੋਣਾ ਨਾ ਵੀ ਸਾਡੇ ਮਹਾਰਤ ਤੇ ਪ੍ਰਸ਼ਾਸਨਿਕ ਅਧਿਕਾਰੀ ਕਿੰਨੇ ਕਿਸਾਨੇ ਨੇ ਉਹੀ ਫਿਰ ਕਹਿੰਦੇ ਸੀ ਸਿਆਸਤ ਚ ਵੀ ਆਵਾਂਗੇ ਤੇ ਉਹ ਲੋਹਾਰ ਤੇ ਪਿਛੌੜਾ ਦੀ ਗੱਲ ਹੀ ਹੋ ਜਾਂਦੀ ਹੈ ਫਿਰ ਸੋ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਅੱਜ ਸਾਡੀ ਜਿਹੜੀ ਰਾਜ ਸੱਤਾ ਉਹ ਵੀ ਤਰ੍ਹਾਂ ਤਰ੍ਹਾਂ ਦੇ ਖੁੰਬਾ ਵਾਂਗੂ ਪਾਰਟੀਆਂ ਪੈਦਾ ਕਰ ਰਹੀ ਹੈ ਦੂਜੀ ਗੱਲ ਜਿਹੜੀ ਮਾਨਸਿਕ ਸੋਚ ਅਸੀਂ ਬਣਾਤੀ ਕਿ ਇਹ ਜੇ ਤਾਕਤ ਵੜੀ ਹੈ ਉਹ ਵੀ ਖੁੰਬਾ ਵਾਂਗੂ ਪੈਦਾ ਕਰ ਰਹੀ ਹੈ ਪਾਰਟੀਆਂ ਕਿ ਚੀਜ਼ ਹੀ ਇਹਦੇ ਚਾਰ ਹੀ ਹੈ ਜਿਹੜਾ ਕਿ ਅਹੰਮ ਕਿ ਇਹਦੇ ਚੋਂ ਫੈਦਾ ਹੀ ਹੋਤਾ ਉਹ ਵੀ ਆ ਰਹੀ ਹੈ ਸੋ ਜਿਹੜੇ ਲੋਕਾਂ ਦਾ ਚੰਗਾ ਕੰਮ ਕਰਨ ਵਾਲੇ ਨੇ ਲੋਕਾਂ ਵਾਸਤੇ ਉਹ ਵੀ ਸਮਦੇ ਨੂੰ ਵੀ ਪਾਰਟੀਆਂ ਤੋਂ ਬਿਨਾ ਨਹੀਂ ਹੋ ਸਕਦਾ ਉਹ ਵੀ ਪਾਰਟੀਆਂ ਬਣਾਈ ਜਾ ਰਹੇ ਨੇ ਜਿਹੜੇ ਆਪਣਾ ਹਲਵਾ ਮੰਡਾ ਵਿਚਾਰੇ ਤਾਂ ਤਾਕਤ ਹੀ ਵੜੀ ਹੈ ਉਹਦੇ ਚੌਕ ਚੌਂਟ ਚਾਲ ਰਹੇ ਨੇ ਉਹ ਵੀ ਪਾਰਟੀਆਂ ਬਣਾ ਰਹੇ ਨੇ ਔਰ ਜਿਹੜੀ ਰਾਜ ਸੱਤਾ ਉਹ ਵੀ ਬਣਵਾ ਰਹੀ ਆ ਵੀ ਇਹ ਆਪ ਸਿੱਕੇ ਵਸਾਏ ਡਰਦੇ ਰਹਿੰਦੇ ਰਹਿਣਾ ਇਹ ਵੋਟਾਂ ਦਾ ਪੜਾਵੇ ਕੀ ਹਨ ਸੋ ਇਹ ਜਿਹੜੀ ਸਮਝ ਤੁਸੀਂ ਕਹੀ ਹੈ ਇਹ ਸਹੀ ਹੈ ਰਾਜ ਸੱਤਾ ਦਾ ਵੱਡਾ ਰੋਲ ਹੈ ਦੂਜੀਆਂ ਦੋ ਗੱਲਾਂ ਦਾ ਵੀ ਇਹਦੇ 'ਚ ਭੂਮਿਕਾ ਹੈਗੀ ਐ ਇਹ ਪਾਰਟੀਆਂ ਬੰਨਾਂ ਪੰਜਾਬ ਦੇ ਹਿੱਤ 'ਚ ਨਹੀਂ ਹੈਗੀਆਂ ਜੇ ਆਪਾਂ ਦੇਖੀਏ ਉਹ ਜਿੱਤਾਂ ਪੰਜਾਬ ਦੇ ਨੁਕਸਾਨ 'ਚ ਹੀ ਨੇ ਪਰ ਲੌਂਗ ਟਰਮ 'ਚ ਜਦ ਲੋਕ ਸਥਾਪਤੀ ਦੇ ਉਲਟ ਮੰਨ ਲੋ ਵੀ ਨਾ ਬੰਨ ਆਪਾਂ ਇਹ ਵੀ ਸਮਝ ਸਕਦੇ ਆ ਫੇਰ ਕੀ ਐ ਫੇਰ ਲੋਕ ਸੋਚਣਗੇ ਵੀ ਅਕਾਲੀ ਦਲ ਕਾਂਗਰਸ ਬੀਜੇਪੀ ਜਾਂ ਆਪ ਜੇ ਕੋ ਹੋਰ ਨਿਕਲਦੇ ਨੇ ਉਹਦੇ ਦੋਨੇ ਪਾਸੇ ਹਮੇਸ਼ਾ ਚੰਗਾ ਤੇ ਮਾਲਾ ਦੋਨੇ ਪੱਖ ਹੁੰਦੇ ਨੇ ਉਹ ਸਮਾਂ ਦੱਸਦਾ ਵੀ ਕੀ ਕਰਦੇ ਨੇ ਮਾੜਾ ਪੱਖ ਇਹ ਹੋਊਗਾ ਉਹ ਲੋਕਾਂ ਨੇ ਯਾਰ ਇੰਨੀਆਂ ਬਣ ਗਿਆ ਸੀ ਆ ਚੰਗੇ ਚੰਗੇ ਬੰਦੇ ਵੀ ਆ ਗਏ ਸੀ ਹੋਇਆ ਤਾਂ ਫੇਰ ਵੀ ਕੁਝ ਨਹੀਂ ਇੱਕ ਲਾਸਟ ਲਾਈਨ ਕਰਕੇ ਇਸ ਸੈਗਮੈਂਟ ਨੂੰ ਮੈਂ ਖਤਮ ਕਰ ਲੱਗਿਆ ਇੱਕ ਵਾਰੀ ਇੱਥੇ ਇੱਕ ਮੀਟਿੰਗ ਚੱਲ ਰਹੀ ਸੀ ਮੈਂ ਉਹਨਾਂ ਨੂੰ ਅਖਾ ਬੜੇ ਸ਼ਾਇਦ ਮੈਂ ਪਹਿਲਾਂ ਵੀ ਕਿਹਾ ਹੋਵੇ ਮੈਂ ਕਿਹਾ ਵੀ ਆਪਾਂ ਸਾਰੇ ਬੰਦੇ ਬੈਠੇ ਆ ਇੱਥੇ ਤੇ ਬੜੀ ਸਿਹਤਮੰਦੇ ਨੇ ਉਹ ਕਿਸੇ ਤੇ ਕੋਈ ਦਾਗ ਨਹੀਂ ਕਿਸੇ ਨੂੰ ਕੋਈ ਲਾਗ ਨਹੀਂ ਉਹਨਾਂ ਨੇ ਵੱਡੇ ਵੱਡੇ ਅਹੁਦੇ ਛੱਡੇ ਨੇ ਨਕਾ ਆਪਾਂ ਸਾਰਿਆਂ ਨੂੰ ਮੰਤਰੀ ਬਣਾ ਦੇਣ ਨਾ ਜੇ ਤਾਂ ਵੀ ਆਪਾਂ ਮਸਲਾ ਇੱਕ ਵੀ ਹੱਲ ਨਹੀਂ ਕਰ ਸਕਾਂਗੇ ਕਿਉਂ ਕਿਉਂਕਿ ਅਸੀਂ ਮਸਲੇ ਦੀ ਗਹਿਰਾਈ ਤਾਂ ਸਮਝ ਨਹੀਂ ਰਹੇ ਵੀ ਗਹਿਰਾਈ ਕਿੱਥੇ ਆ ਤੁਸੀਂ ਜਿਹੜਾ ਵੀ ਕੰਮ ਕਰਨਾ ਹੈ ਤੁਹਾਨੂੰ ਸਾਰਾ ਕੁਝ ਦੇਖਣਾ ਪਊਗਾ ਨਾ ਜੇ ਤੁਸੀਂ ਉਹ ਬਿਨਾਂ ਦੇਖੇ ਕਰ ਦੋਗੇ ਜਿਵੇਂ ਮੈਂ ਰਸਤੇ ਵਾਲੀ ਗੱਲ ਦੱਸੀ ਆ ਫਿਰ ਤਾਂ ਤੁਸੀਂ ਜਾ ਕੇ ਉੱਥੇ ਬੋਰਡ ਹੀ ਲਾਈ ਜਾਓਗੇ ਇੱਧਰ ਲਾ ਕੰਮ ਨਹੀਂ ਕਰੋਗੇ ਜਾਂ ਇੱਧਰ ਲਾ ਰਸਤਾ ਬੰਦ ਕਰਕੇ ਕੋਈ ਨਹੀਂ ਚੱਲ ਬੋਰ ਲੋਕਾਂ ਨੂੰ ਉੱਥੇ ਖੜ ਕੇ ਅਨਾਉਂਸ ਕਰਦਾਂਗੇ ਇਹ ਪੁਰਾਣਾ ਸਭ ਗੱਲਾਂ ਮਤਲਬ ਉਹਦੇ 'ਚ ਰੋਜ਼ ਮੈਂ ਦੇਖਦਾ ਇੱਕ ਦਿਨ ਨਹੀਂ ਹੈ ਇਹ ਜਿੱਥੇ ਵੀ ਤੁਸੀਂ ਜਾਣੋ ਜਿਹੜਾ ਅਦਾਲਤਾਂ ਚੋਂ ਆਇਆ ਵੀ ਜੇ ਇਹਨਾਂ ਨੇ ਉੱਥੇ ਪਟੀਸ਼ਨ ਨਹੀਂ ਪਾਇਆ ਇਹਨਾਂ ਲੈਕੀ 'ਚੋਂ ਇੱਕ ਤਾਂ ਸਿਆਸਤ ਵੀ ਹੈ ਦੂਜੇ ਨਲੈਕੀ ਵੀ ਹੈ ਸਰਕਾਰੀ ਦਫ਼ਤਰਾਂ 'ਚ ਇੰਨੀ ਜ਼ਿਆਦਾ ਨਲੈਕੀ ਹੋ ਗਈ ਕਿ ਕੰਮ ਕਰੋ ਨਾ ਕਰੋ ਕਿਸੇ ਨੇ ਪੁੱਛਣਾ ਹੀ ਨਹੀਂ ਫਿਰ ਉਹਨੂੰ ਕੰਮ ਆਉਂਦਾ ਨਹੀਂ ਝੂਠੀਆਂ ਡਿਗਰੀਆਂ ਦੇ ਨਾਲ ਜੇ ਬੰਦੇ ਟੀਚਰ ਲੱਗੇ ਨੇ ਜਾਂ ਯੂਨੀਵਰਸਿਟੀ ਵਿੱਚ ਲੱਗੇ ਨੇ ਜਾਂ ਡਾਕਟਰ ਕੋਈ ਲੱਗਿਆ ਜਾਂ ਇੰਜੀਨੀਅਰ ਲੱਗਿਆ ਉਹਨੂੰ ਕੰਮ ਤਾਂ ਆਉਂਦਾ ਹੀ ਨਹੀਂ ਜਿਹਨੂੰ ਕੰਮ ਨਹੀਂ ਆਉਂਦਾ ਉਹ ਗੜਬੜੀ ਕਰੂਗਾ ਨਾ ਇੱਥੇ ਆਪਣੇ ਕਿਸੇ ਪੁਲ ਤੇ ਚੜਜੋ ਤੁਸੀਂ ਉਪਰ ਜਿੱਥੇ ਠੱਕ ਠੱਕ ਜਿੱਥੋਂ ਜੋੜ ਜੇ ਪਏ ਹੁੰਦੇ ਨੇ ਤੇ ਆਮ ਬੰਦਿਆਂ ਦੇ ਨਹੀਂ ਜੀ ਇਹ ਤਾਂ ਜੋੜ ਪੈ ਨਹੀਂ ਹੁੰਦੇ ਨੇ ਮੈਂ ਕਦੇ ਬਾਹਰ ਗਿਆ ਨਹੀਂ ਸੀ ਆ ਪਹਿਲੀ ਵਾਰੀ ਪਿਛਲੇ ਸਾਲ ਗਿਆ ਸੀ ਕਰੋਨਾ ਚ ਉੱਥੇ ਫਸ ਗਿਆ ਸੀ 2 ਮਹੀਨੇ ਰਹਿਣਾ ਪਿਆ ਉਦੋਂ ਮੈਂ ਉੱਥੋਂ ਨਹੀਂ ਆ ਉੱਥੇ ਪੁਲ ਬਹੁਤ ਜ਼ਿਆਦਾ ਨਹੀਂ ਸਾਡੇ ਨਾਲੋਂ ਫਰ ਮੈਂ ਤਾਂ ਕਦੇ ਠੱਕ ਠੱਕ ਦੇਖੀ ਨਹੀਂ ਉਹ ਦੋਸਤ ਚਲਾਉਂਦਾ ਸੀ ਗੱਡੀ ਮੈਂ ਉਹਦੇ ਨਾਲ ਬੈਠ ਕੇ ਜਾਂਦਾ ਸੀ ਕਦੀ ਨਹੀਂ ਪਤਾ ਲੱਗਿਆ ਸੀ ਕਦ ਪਹੁੰਚ ਗਏ ਇੱਥੇ ਤੁਸੀਂ ਆ ਪੁਲ ਚੜਜੋ ਨਾਲ ਠੱਕ ਅੱਗੇ ਜਾ ਕੇ ਫੇਠਕ ਫੇਠਕ ਕੀ ਦਾ ਮਤਲਬ ਸਾਡੇ ਉਹਨਾਂ ਬੰਦਿਆਂ ਨਾਲ ਉਹਦਾ ਕੰਮ ਹੀ ਨਹੀਂ ਆਉਂਦਾ ਬਣਾ ਤਾਂ ਉੱਥੇ ਪਾਣੀ ਖੜ ਜਾਂਦਾ ਜੇ ਤੁਹਾਡੇ ਸੜਕ ਤੁਸੀਂ ਬਣਾਈ ਆ ਤੇ ਉੱਥੇ ਅਲਦਲੇ ਪਾਣੀ ਖੜਨ ਲੱਗਿਆ ਨਹੀਂ ਤੇ ਮਤਲਬ ਤੁਹਾਨੂੰ ਬਣਾਉਣੀ ਹੀ ਨਹੀਂ ਆਉਂਦੀ ਤੁਸੀਂ ਹਿਸਾਬ ਹੀ ਨਹੀਂ ਲਾਵੇ ਇਥੋਂ ਇੰਨਾ ਕ ਪਾਣੀ ਆਊਗਾ ਆਏ ਨਹੀਂ ਹੋਊਗਾ ਇਸ ਲਈ ਰੁਕ ਸਕਦੀ ਹੈ ਤੁਸੀਂ ਸੋ ਅਜੇ ਤੱਕ ਗਲੀਆਂ ਨਾਲੀਆਂ ਤਾਂ ਬਣਾਉਣੀਆਂ ਨਹੀਂ ਆਈਆਂ ਉੱਥੇ ਤਾਂ ਤੁਹਾਡੀ ਸਰਕਾਰ ਚੰਡੀਗੜ੍ਹ ਚ ਪਾਣੀ ਖੜ ਜਾਂਦਾ ਇਹ ਤੋਂ ਸਾਨੂੰ ਪਤਾ ਲੱਗਦਾ ਵੀ ਜੇ ਲਿਆਕਤ ਵੀ ਜ਼ਰੂਰੀ ਹੈ ਜੇ ਆਪ ਤੁਸੀਂ ਕੰਮ ਕਰ ਰਹੇ ਹੋ ਜੇ ਤੁਹਾਨੂੰ ਸਵਾਲ ਹੀ ਨਾ ਕਰਨਾ ਆਉਂਦਾ ਫਿਰ ਤੁਸੀਂ ਕੀ ਮੀਡੀਆ ਚਲਾਓਗੇ ਸੋ ਲਿਆਕਤ ਬਹੁਤ ਜ਼ਰੂਰੀ ਹੈ ਪਰ ਇੱਕ ਗੱਲ ਕਹਿੰਨੇ ਆ ਵੀ ਜੇ ਉਹਨੂੰ ਉਹ ਸੰਸਥਾਵਾਂ ਨੇ ਲਿਆਕਤ ਨਹੀਂ ਦਿੱਤੀ ਪੱਕੀ ਗੱਲ ਕਿਸੇ ਨੂੰ ਚਾਰਾ ਮੈਂ ਉਹ ਸੰਸਥਾਵਾਂ ਲਿਆਕਤ ਨਹੀਂ ਜੰਨਿਆ ਦੰਦਾਂ ਦੇ ਪਤਾ ਨਹੀਂ ਕਿੰਨੇ ਕਾਦ ਖੋਲਤੇ ਸੀ ਬੀਏਡ ਉਹ ਬੀਡੀਐਸ ਕਰ ਜਾਂਦਾ ਬੰਦਾ ਉਹਨੂੰ ਦੰਦ ਨਹੀਂ ਕੱਢਣਾ ਆਉਂਦਾ ਬੀਐਡ ਕਾਲਜ ਪਤਾ ਨਹੀਂ ਕਿੰਨੇ 183 85 ਖੋਲਤੇ ਨੇ ਉਹਨੂੰ ਇਹ ਪਤਾ ਨਹੀਂ ਹੁੰਦਾ ਵੀ ਪੜਾਉਂਦੇ ਬੇਸਿਕ ਮੂਲ ਨਿਜਮ ਕੀ ਨੇ ਕਿਉਂਕਿ ਉਹ ਤਾਂ ਕਾਜ ਦੇ ਪੈਸੇ ਲੈਣ ਵਾਸਤੇ ਖੋਲੇ ਨੇ ਉਹਨਾਂ ਨੇ ਉਹਨੂੰ ਡਿਗਰੀ ਦੇ ਦਿੰਦੇ ਨੇ ਉਹ ਗਾਹ ਫੇ ਟੈਂਕੀਆਂ ਤੇ ਚੜ ਕੇ ਵੀ ਮੈਨੂੰ ਨੌਕਰੀ ਦਿਓ ਅੱਜ ਉਹ ਬੀਐਡ ਸਰੰਤ ਤੱਕ ਨਹੀਂ ਕਰ ਰਹੇ ਆਂ ਕਿਤੇ ਤੱਕ ਕਰਦੀ ਨਹੀਂ ਰੋ ਜੀ ਹੁਣ ਕੋਟਚੇ ਚੱਲ ਰਿਹਾ ਈਟੀਟੀ ਵਾਲੇ ਕਹਿੰਦੇ ਸਾਡੀਆਂ ਵਾਲੇ ਇਹ ਪੋਸਟਾਂ ਉਹ ਕਹਿੰਦੇ ਨਹੀਂ ਅਸੀਂ ਵੀ ਕੁਆਲੀਫਾਈਡ ਹਾਂ ਸਾਨੂੰ ਵੀ ਦਿਓ ਦੋਹਾਂ ਦੇ ਕਿ ਤੁਸੀਂ ਮੈਂ ਕੀ ਕਰੀ ਜਾਂਦੇ ਹੁਣ ਜਿਹੜੇ ਲੋਕ ਨੇ ਉਹ ਵਿਚਾਰੇ ਹੁਣ ਬੀਆੜਾ ਵਾਲਿਆਂ ਨੂੰ ਵਿਚਾਰੇ ਕਹਿਣਗੇ ਕਿ ਈਟੀਟੀ ਵਾਲਿਆਂ ਨੂੰ ਵਿਚਾਰੇ ਕਹਿਣਗੇ ਇਹ ਦੂ ਅੱਗੇ ਜਿਹੜੇ ਉਹਨਾਂ ਦੀ ਸਾਹਦੇ ਕੱਚੇ ਲੱਗੇ ਨੇ ਉਹਨਾਂ ਨੂੰ ਵਿਚਾਰੇ ਕਹਿਣਗੇ ਅਕਾਲੀ ਦੇ ਲੈਕਚਰ ਹੁੰਦੀਆਂ ਪੋਸਟਾਂ ਕੱਢੀਆਂ ਨੇ ਆਪ ਕਰਕੇ ਹਟਿਆ ਹੁਣ ਜਿਹੜੇ ਉੱਥੇ ਲੱਗੇ ਹੋਏ ਨੇ ਪਹਿਲਾਂ ਹੀ ਉਹ ਵਿਚਾਰੇ ਨੇ ਜਾਂ ਜਿਹੜਾ ਉਹਨਾਂ ਦੇ ਉਹਨਾਂ ਨੂੰ ਬਾਹਰ ਕੱਢ ਕੇ ਲੱਗਣਾ ਚਾਹੁੰਦਾ ਉਹ ਵਿਚਾਰਾ ਸੋ ਤੁਹਾਨੂੰ ਫੈਸਲਾ ਐਨ ਯਾ ਖਾਮੀ ਚ ਨਹੀਂ ਕਰਿਆ ਜਾ ਸਕਦਾ ਫਿਰ ਤਰਲ ਹੋਊਗੀ ਤੁਹਾਡੇ ਸਾਹਮਣੇ ਮੈਂ ਨਹੀਂ ਮੰਨਦਾ ਵੀ ਪ੍ਰਗਟ ਸਿੰਘ ਦੇ ਮੰਚ 'ਚ ਕੋਈ ਅ ਦੋਚੀਤੀ ਹੋਵੇ ਜਾਂ ਕੋਈ ਵਹਿਮ ਹੋਵੇ ਵੀ ਮੈਂ ਕੋਈ ਨੁਕਸਾਨ ਕਰਨਾ ਪਰ ਜਿਹੜੇ ਉਹਦੇ ਮਹਾਰਾਲੇਦਾਰੇ ਸਾਰਿਆਂ ਨੇ ਦੱਸਿਆ ਹੀ ਨਹੀਂ ਵੀ ਅਸਲ ਗੱਲ ਕੀ ਹੈ ਹੁਣ ਪ੍ਰਗਟ ਸਿੰਘ ਨੂੰ ਤਾਂ ਸਾਰੀ ਗੱਲ ਨਹੀਂ ਨਾ ਪਤਾ ਜੇ ਉਹ ਦੱਸ ਦਿੰਦੇ ਕਿ ਜੀ ਐਦਾਂ ਇਹ ਡਾਕਾ ਲੈ ਨੇ ਐਦਾਂ ਇਹ ਗੈਸਟ ਫੈਕਲਟੀ ਆ ਐਦਾਂ ਆਪਾਂ ਕਰਦੇ ਆ ਇੰਨੇ ਕਹੇ ਨੇ ਆਹ ਨੇ ਆਪਾਂ ਇਹਨਾਂ ਨੂੰ ਕਿਵੇਂ ਨਹੀਂ ਤਾਂ ਕੋਰਟਾਂ 'ਚ ਆ ਫੈਸਲੇ ਹੋਏ ਹੋਏ ਨੇ ਪਹਿਲਾਂ ਚ ਫੇਰ ਉਹ ਸੋਚ ਸਮਝ ਕੇ ਫੈਸਲਾ ਲੈਂਦਾ ਇਹ ਜਿਹੜੀ ਮੈਂ ਤਾਂ ਕਹਿਣਾ ਕਿ ਅਸੀਂ ਸਾਰੇ ਪੱਖਾਂ ਤੋਂ ਵਿਚਾਰਦੇ ਨਹੀਂ ਔਰ ਜਦ ਅਸੀਂ رائے ਦਿੰਦੇ ਆ ਸਾਡਾ ਹਿੱਤ ਵਿੱਚ ਹੁੰਦਾ ਸਾਡਾ ਆਪਣਾ ਹਿੱਤ ਹੁੰਦਾ ਜੇ ਤਾਂ ਜਿਨੇ رائے ਦਿੱਤੀ ਹੈ ਜਿੰਨਿਆਂ ਨੇ ਜੇ ਤਾਂ ਉਹਨਾਂ ਦਾ ਆਪ ਦਾ ਕੋਈ ਗੈਸਟ ਫੈਕਲਟੀ ਚ ਹੁੰਦਾ ਜਾਂ ਕਿਤੇ ਅਡਾਪਟੇ ਲੱਗੇ ਹੁੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਮੈਂ ਮੈਂ ਆਪਦੇ ਆਪ ਨੂੰ ਬਹੁਤ ਇਮਾਨਦਾਰ ਨਹੀਂ ਕਹਦਾ ਪਰ ਮੈਂ ਗਰੰਟੀ ਦਿੰਦਾ ਵੀ ਮੈਂ ਜਿੰਨੇ ਮੇਰੇ ਵਾਪੇ ਆਏ ਬਹੁਤੇ ਹੀ ਕਰਦੇ ਵੀ ਯਾਰ ਉਹ ਆਪਣਾ ਬੰਦਾ ਫਿਰ ਤਾਂ ਨਿਕਲ ਜਾਊਗਾ ਪਾਈ ਜੀ رائے ਦੇ ਦਿਓ ਜੇ ਉਹਨਾਂ ਦਾ ਕੋਈ ਨਹੀਂ ਉਹ ਫਿਰ ਜਿਹੜੀ ਮਰਜ਼ੀ رائے ਦੇ ਦੋ ਜੇ ਉਹਨਾਂ ਦਾ ਡਾਇਰੈਕਟ ਵਾਲਾ ਫਿਰ ਡਾਇਰੈਕਟ ਵਾਲੀ رائے ਦੇਣਗੇ ਉਹ رائے ਤਿੰਨ ਤਰ੍ਹਾਂ ਦਿੰਦੇ ਨੇ ਇੱਕ ਜੇ ਉਹਨਾਂ ਦੇ ਹਿੱਤ ਦੀ ਹੈ ਜਿਹੜੀ ਚਾਹੇ ਇਧਰ ਦਾ ਹਿੱਤ ਹੈ ਚਾਹੇ ਇਧਰ ਦਾ ਸੋ ਜਿਹੜੇ ਪਾਲੇ 'ਚ ਖੜੇ ਨੇ ਉਹਦੀ ਦਿੰਦੇ ਨੇ ਜੇ ਫਿਰ ਕੋਈ ਕਿਸੇ ਵੀ ਪਾਲੇ 'ਚ ਨਹੀਂ ਹੈਗੇ ਫਿਰ ਉਹ رائے ਬਿਨਾਂ ਸੋਚੇ ਸਮਝੇ ਦੇ ਦਿੰਦੇ ਵੀ ਆਪਾਂ ਕੀ ਕਹਿਣਾ ਜੋ ਮਰਜ਼ੀ ਹੋ ਜੇ ਰੌਲਾ ਪੂ ਪਈ ਜਾਵੇ ਹੁਣ ਇਹ ਤੁਸੀਂ ਦੱਸ ਦੋ ਵੀ ਇੰਨਾ ਸਰਕਾਰਾਂ ਚਾਹੁੰਦੀਆਂ ਨੇ ਕਦੇ ਤੁਸੀਂ ਆਪ ਕਿੰਨੀ ਮੈਂ ਤੁਹਾਡੇ ਦੇਖ ਰਿਹਾ ਸੀ ਤੁਸੀਂ ਕਈ ਪ੍ਰੋਗਰਾਮ ਕਰੇ ਨੇ ਇਸ ਤੇ ਲੈਕਚਰਾਂ ਵਾਲੇ ਤੇ ਇਹ ਤੋਂ ਕੀ ਸਾਨੂੰ ਪਤਾ ਲੱਗਦਾ ਵੀ ਸਰਕਾਰਾਂ ਆਏ ਨਹੀਂ ਚੰਗੀਆਂ ਸੋ ਇਸ ਕਰਕੇ ਪਾਰਟੀਆਂ ਐਦਾਂ ਆ ਰਹੀਆਂ ਨੇ ਐਦਾਂ ਆ ਕੇ ਐਦਾਂ ਖੁੰਬਾ ਵਾਂਗੂ ਉੱਗ ਕੇ ਇਹੇ ਪੰਜਾਬ ਦਾ ਭਲਾ ਨਹੀਂ ਜੇ ਹੋਣਾ ਬਸ ਇੱਕੋ ਪੋਜ਼ਿਟਿਵਿਟੀ ਹੈ ਕਿ ਲੋਕ ਰਿਐਕਟ ਕਰ ਰਹੇ ਨੇ ਇਹ ਇਹ ਇਹਦੇ ਵਿੱਚੋਂ ਕਦੋਂ ਚੰਗਾ ਨਿਕਲੇਗਾ ਤਾਂ ਨਿਕਲੇਗਾ ਕਿਉਂਕਿ ਜੇ ਰਿਐਕਟ ਕਰਦੇ ਨੇ ਜੋ ਸੁੱਤੇ ਹੀ ਪਿਆ ਰਹੇ ਨੇ ਫੇਰ ਤਾਂ ਕੁਝ ਵੀ ਨਹੀਂ ਨਾ ਹੁੰਦਾ ਚਲੋ ਕੁਝ ਬੰਦੇ ਇਹ ਤਾਂ ਸੋਚਦੇ ਨੇ ਵੀ ਯਾਰ ਬਦਲਾਅ ਹੋਣਾ ਚਾਹੀਦਾ ਚਾਹੇ ਇਹ ਹੀ ਸਮਝਦੇ ਨੇ ਹੰਕਾਰ ਚ ਵੀ ਮੈਂ ਹੀ ਕਰ ਸਕਦਾ ਸੋ ਇਸ ਕਰਕੇ ਇਹ ਪਾਰਟੀਆਂ ਠੀਕ ਜਿਆਦਾ ਪਾਰ ਰਹੀਆਂ ਨੇ ਏਜੰਸੀਆਂ ਇਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਇਹ ਕਿਤੇ ਨਾ ਕਿਤੇ ਇਹਨਾਂ ਦੇ ਤਾਰ ਜੁੜੇ ਹੋਏ ਨੇ ਉਹ ਤਾਰ ਸਿਰਫ ਇਸ ਕਰਕੇ ਨਹੀਂ ਜੁੜੇ ਕਿ ਉਹਨਾਂ ਨੇ ਜੋੜੇ ਨੇ ਇਹਨਾਂ ਦੇ ਹਿੱਤਾਂ ਨੂੰ ਦੇਖ ਕੇ ਤਾਰ ਜੁੜਦੇ ਨੇ ਸੋ ਇਸ ਕਰਕੇ ਮੈਂ ਇਹਨੂੰ ਇਸ ਤਰ੍ਹਾਂ ਲੈਣਾ ਕਿ ਇਹ ਨਿੱਜੀ ਹਿੱਤਾਂ 'ਚ ਬਹੁਤੇ ਨੇ ਇਹ ਲੋਕ ਹੀ ਜ ਨਹੀਂ ਬਹੁਤੇ ਇਹ ਨਿੱਜੀ ਹਿੱਤਾਂ 'ਚ ਨੇ ਫਿਰ ਉਹ ਤਾਰ ਜੁੜੀ ਜਾਂਦੇ ਨੇ ਸਰ ਇੱਕ ਸੀਗਾ ਵੀ ਜਿਹੜਾ ਆਪਣੇ ਹੱਲ ਬਾਈਪੋਲ ਜਿੱਦੀਆਂ ਹੋ ਜਾਂ ਨੇ ਹੁਣ ਵੋਟਾਂ ਤਿੰਨ ਲੋਕ ਸਭਾ 29 ਵਿਧਾਨ ਸਭਾ ਤੇ 13 ਸੂਬੇ ਮਗਰਵਾਰ ਨੂੰ ਹੋ ਜਾਂ ਸੀ ਹਲੇ ਕੱਲ ਹਾਂਜੀ ਤੇ ਸਰੰਗਾਨਾ ਕਰਨਾਟਕ ਹਰਿਆਣਾ ਹਿਮਾਚਲ ਬੀਜੇਪੀ ਹਰ ਜਗ੍ਹਾ ਤੇ ਲੱ피 ਗਈ ਮਤਲਬ ਜੇ ਆਪਾਂ ਓਵਰਆਲ ਪਿਕਚਰ ਦੇਖੀਏ ਬੀਜੇਪੀ ਲੀਡ ਤੋਂ ਹੀ ਲੱਗੀ ਔਰ ਪੂਰੇ ਤਰੀਕੇ ਨਾਲ ਲੱਗੀ ਆ ਪਰ ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਮੈਂ ਦੇਖੀ ਆ ਓਏ ਆ ਕਿ ਕਾਂਗਰਸ ਪਾਰਟੀ ਇਹ ਢੋਲ ਵਜਾ ਰਹੀ ਆ ਕਿ ਇਹ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਨਤੀਜਾ ਕਿ ਉਹ ਆਉਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਪ੍ਰੈਜ਼ੈਂਸ ਹੈਗੀ ਆ ਵੱਡੀਆਂ ਸਟੇਟਾਂ ਵਿੱਚ ਹਿੰਦੀ ਸਪੀਕਿੰਗ ਵਿੱਚ ਖਾਸ ਕਰਕੇ ਤੇ ਭਾਜਪਾ ਦੇ ਮੁਕਾਬਲੇ ਵਿੱਚ ਸਿਰਫ ਰਾਹੁਲ ਗਾਂਧੀ ਹੀ ਇੱਕ ਐਸਾ ਨਾਮ ਹੈ ਜੋ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵਾਦਾਰ ਆ ਪਰ ਜੇ ਆਪਾਂ ਇਹਦੇ ਵਿੱਚ ਅਸਲੀ ਹੱਕਦਾਰ ਕੌਣ ਆ ਤੁਹਾਨੂੰ ਕੀ ਲੱਗ ਰਿਹਾ ਹੈ ਵਾਕਈ ਕਾਂਗਰਸ ਦਾ ਹੀ ਦੇਣ ਹੈਗੀ ਆ ਜਾਂ ਕੁਝ ਹੋਰ ਕਾਰਨ ਹੋ ਸਕਦਾ ਵੱਡਾ ਨੇ 40 ਤਾਂ ਕਹੀ ਹੁੰਦੇ ਨੇ ਪਰ ਅੱਗੇ ਅਸੀਂ ਇਹ ਵੀ ਸੋਚੀ ਜਾਈਏ ਕਈ ਸੋਚਦੇ ਨੇ ਵੀ ਕਿਸਾਨ ਅੰਦੋਲਨ ਦੀ ਇਹਦੇ ਚ ਬੜੀ ਵੱਡੀ ਭੂਮਿਕਾ ਹੈ ਕਿ ਕਈ ਸੋਚਦੇ ਨੇ ਮੋਦੀ ਦੀਆਂ ਜਿੱਤੀਆਂ ਦੀ ਭੂਮਿਕਾ ਹੈ ਕਈ ਸੋਚਦੇ ਨੇ ਵੀ ਕਾਂਗਰਸੀ ਆਪਦੀ ਵੜਤ ਹੈ ਜੇ ਅਸੀਂ ਹਿਮਾਚਲ ਦਾ ਲਈਏ ਹਿਮਾਚਲ ਦੇ ਵਿੱਚ ਬੀਜੇਪੀ ਤੋਂ ਸੀਟਾਂ ਖੋਈਆਂ ਨੇ ਇਹਨਾਂ ਨੇ ਉਸੇ ਤਾਂ ਵੀ ਜਬੀ ਕੋਲ ਨਹੀਂ ਸੀ ਜਾਂ ਦੋ ਐਮਪੀ ਦੀ ਤੇ ਕੰਮ ਇਹਦੇ ਦੀ ਦੋ ਐਮਪੀ ਉਹਨਾਂ ਦੇ ਇੱਕ ਤਾਂ ਕਾਂਗਰਸੀ ਸੀਗੇ ਜਿਹੜੇ ਨਾਲ हिमाचल ਦੇ ਵਿੱਚ ਨਾ ਕਿਸਾਨ ਅੰਦੋਲਨ ਦਾ ਏਡਾ ਵੱਡਾ ਅਸਰ ਹੈ ਨਾ ਹਿਮਾਚਲ ਦੇ ਵਿੱਚ ਪਟੜੋੜੀ ਹੀ ਡਿਗਰੀ ਐ ਨਾ ਲੱਗਦਾ ਸੋ ਹਿਮਾਚਲ ਦੇ ਵਿੱਚ ਨੀਤੀਆਂ ਦਾ ਅਸਰ ਹੈ ਜਾਂ ਕਾਂਗਰਸੀ ਆਰਗੇਨਾਈਜੇਸ਼ਨ ਦਾ ਪ੍ਰਭਾਵ ਹੈ ਉਹ ਆਰਗੇਨਾਈਜੇਸ਼ਨ ਡੋਕਨੇ ਕਰੀ ਉਹ ਬਾਹਰ ਲਿਆਨੇ ਕਰੀ ਨਹੀਂ ਤਾਂ ਰਾਗ ਠਾਕੁਰ ਤਾਂ ਜਾ ਕੇ ਉੱਥੇ ਕਹਿ ਆਇਆ ਸੀ ਵੀ ਡੋਜੀ ਉਹ ਪਤਾ ਜਿੱਤੀ ਪਿਆ ਕੋਈ ਮਤਲਬ ਹੀ ਨਹੀਂ ਉੱਤੇ ਜਵਾਨ ਤੇ ਜਬਤ ਹੋਣ ਵਾਲੀ ਗੱਲ ਕੋਈ ਪਈ ਹੈ ਬੁਰੀ ਤਰ੍ਹਾਂ ਹਾਰੇ ਨੇ ਸੋ ਇਸ ਕਰਕੇ ਇੱਥੇ ਜ਼ਿਆਦਾ ਕਾਰਕ ਨੇ ਇੱਕ ਨਹੀਂ ਹੈ ਪਹਿਲੀ ਗੱਲ ਲੀਡਰਸ਼ਿਪ ਤੋਂ ਬਿਨਾ ਕੰਮ ਕਦੀ ਵੀ ਨਹੀਂ ਚੱਲਦਾ ਹੁੰਦਾ ਉਹ ਗੱਲ ਵੱਖਰੀ ਹੈ ਵੀ ਉਹ ਲੀਡਰ ਕਿੰਨਾ ਕਰਦਾ ਹੈ ਕਿੰਨਾ ਕਿ ਨਹੀਂ ਕਰਦਾ ਕੀ ਹੈ ਹੁਣ ਜੇ ਕੋਈ ਇਹ ਕਹੇ ਵੀ ਇਹ ਪ੍ਰਿਯੰਕਾ ਗਾਂਧੀ ਨੇ ਕੁਝ ਨਹੀਂ ਕਰਿਆ ਜਿਹੜਾ ਇਹ ਬਖੀਨਪੁਰ ਖੇੜੀ ਵਾਲੀ ਘਟਨਾ ਸੀ ਉਹਦੇ ਵਿੱਚ ਪ੍ਰਿਯੰਕਾ ਗਾਂਧੀ ਨੇ ਸਭ ਤੋਂ ਵੱਧ ਵੀ ਨਰ ਦਿਖਾਇਆ ਹੈ ਆਪਣੇ ਆਪ ਨੂੰ ਵੀ ਮੈਂ ਕਰ ਮੈਂ ਇੰਨਾ ਡਰਤੀ ਨਹੀਂ ਆ ਇਹ ਗੱਲ ਤਾਂ ਸਭ ਜੀ ਸਾਮਣੀ ਆ ਗਈ ਹੈ ਲੀਡਰ ਤੋਂ ਹੋਰ ਵੀ ਵਿਚਰੇ ਸੀਗੇ ਸੋ ਉਹਦੇ ਵਿੱਚ ਕਾਂਗਰਸ ਤਾਂ ਕਿਉਂਕਿ ਕਾਂਗਰਸ ਜਿੱਤੀ ਹੈ ਜਿਆਦਾ ਜਗ੍ਹਾ ਤੇ ਕਾਂਗਰਸ ਦੀ ਹਾਲਤ ਬੇਸੇ ਬੁਰੀ ਸੀਗੀ ਉਹਦੇ ਵਿੱਚ ਪਹਿਲਾਂ ਤਾਂ ਜਿੱਤਣ ਹਾਰਨ ਦੇ ਜਿਆਦਾ ਵੱਡੇ ਫੈਕਟਰ ਜਿਹੜੇ ਨੇ ਉਹ ਬਹੁਤ ਵੱਡੀ ਅੰਤਾਂ ਦੀ ਮਹਿੰਗਾਈ ਕਾਂਗਰਸ ਜਿਹੜਾ ਆਪਣਾ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਨਾਲ ਜੋ ਜੱਤੀ ਹੋ ਰਹੀ ਹੈ ਜੋ ਸਰਕਾਰ ਨੇ ਕਰੀ ਹੈ ਤੇ ਜੋ ਸਭ ਕੁਝ ਵੇਚਿਆ ਜਾ ਰਿਹਾ ਹੈ ਇਹ ਸਾਰਿਆਂ ਦਾ ਹੈ ਲੋਕਾਂ ਨੇ ਉਹ ਨਾਲ ਲੋਕ ਅੰਦਰੋਂ ਅੰਦਰ ਹੀ ਰੈਕਟ ਕਰਦੇ ਨੇ ਜੇਕਰ ਕਿੰਨੇ ਕਿਸਾਨਾਂ ਤੋਂ ਦੀ ਗੱਲ ਕਰਤੀਏ ਮੈਂ ਤਾਂ ਕਹਿਣਾ ਵੀ ਐਨਾਬਾਦੀ ਸੀਟ ਜਿਹੜੀ ਸੀ ਉਹ ਆਵੇ ਚਟਾਲਾ ਨੇ ਛੱਡੀ ਇਸ ਗੱਲ 'ਚ ਸੀ ਵੀ ਮੈਂ ਇਹ ਬਿਨਾਂ ਦੇ ਵਿਰੋਧ ਛੱਡ ਰਿਹਾ ਉੱਥੇ ਤਾਂ ਫੇਰ ਉਹਦੀ ਢੀਡ ਘਟਣੀ ਨਹੀਂ ਚਾਹੀਦੀ ਸੀ ਉੱਥੇ ਤਾਂ ਢੀਡ ਵਧਣੀ ਚਾਹੀਦੀ ਸੀ ਔਰ ਕਿਸਾਨਾਂ ਨੇ ਜੋਰ ਵੀ ਪੂਰਾ ਲਾਇਆ ਛਡੂਨੀ ਸਾਹਿਬ ਨੇ ਪੂਰਾ ਜੋਰ ਲਾਇਆ ਉੱਥੇ ਟਕਾਇਆ ਸਾਹਿਬ ਵੀ ਆਏ ਨਹੀਂ ਫਿਰ ਉੱਥੇ ਢੀਡ ਕਿਉਂ ਨਹੀਂ ਬਣੀ ਔਰ ਏਰੀਆ ਵੀ ਰੂਰਲ ਆ ਕੋਈ ਜ਼ਿਆਦਾ ਅਗਲੀ ਗੱਲ ਉਹ ਸਰਸੇ ਦੇ ਵਿੱਚ ਪਹਿਨੀ ਸਰਸੇ ਵਾਲੇ ਤੋਂ ਵੀ ਤੰਗ ਸੀਗੇ ਲੋਗ ਸਰਸੇ ਦੇ ਨਾਲ ਦੀ ਕੌਨਸੀ ਕੰਸਟੀਟਿਊਐਂਸੀ ਹੈ ਸੋ ਆਪਾਂ ਨੂੰ ਫੈਕਟਰ ਸੋਚਨੇ ਪੈਣਗੇ ਵੀ ਇਹਦਾ ਮਤਲਬ ਹੈ ਜੇ ਇਹ ਕਿਸਾਨੀ ਕਰਕੇ ਹੁੰਦਾ ਤਾਂ ਅਲਨਾਵੜ ਦੀ ਡੀਡ ਸਭ ਤੋਂ ਜ਼ਿਆਦਾ ਆਣੀ ਚਾਹੀਦੀ ਸੀ ਉੱਥੇ ਤਾਂ ਬੀਜੇਪੀ ਦੀ ਜਵੰਤ ਜਵਤ ਹੋਣੀ ਚਾਹੀਦੀ ਸੀ ਕਿਉਂਕਿ ਜਦੋਂ ਕਾਗਜ਼ਪਰਨ ਜਾਂਦਾ ਤਾਂ ਲੋਕਾਂ ਨੇ ਇਕੱਠੇ ਹੋ ਕੇ ਕਿਸਾਨਾਂ ਨੇ ਉਹਨੂੰ ਕਾਗਜ਼ਰੀ ਭਰਨ ਦੇ ਹੋ ਰਿੰਦੇ ਰਹੇ ਸੋ ਆਪਾਂ ਨੂੰ ਅਨਲਿਸਿਸ ਜ਼ਿਆਦਾ ਤੱਕ ਕਰਦੇ ਆਂ ਜਦੋਂ ਜੇਲੇਸ਼ਨ ਕਰਦੇ ਆ ਉਹਨੂੰ ਇੱਕ ਪੱਖੀ ਮੈਂ ਕਿਸਾਨ ਅੰਦੋਲਨ ਦਾ ਸਮਰਥਕ ਆ ਤੁਹਾਨੂੰ ਵੀ ਪਤਾ ਸ਼ਾਇਦ ਪਰ ਮੈਂ ਐ ਅੱਖਾਂ ਵਿੱਚ ਕੇ ਨਹੀਂ ਕਰ ਸਕਦਾ ਵੀ ਨਹੀਂ ਨਹੀਂ ਉਹ ਕਿਸਾਨ ਅੰਦੋਲਨ ਕਰਕੇ ਕਿਉਂਕਿ ਜੇ ਕਿਸਾਨ ਅੰਦੋਲਨ ਕਰਕੇ ਹੁੰਦਾ ਫਿਰ ਇਹ ਬਈ ਚਟਾਲਾ ਦਾ ਪਿਛਲੀ ਵਾਰੀ 12000 ਦਾ ਮਾਰਜਨ ਸੀ ਜਿਹੜਾ ਅੱਜ ਕੀ ਕੁੜਕਾ 40-50000 ਦਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਬਲਕਿ ਬੀਜੇਪੀ ਦੀ ਵੋਟ ਵਧੀ ਹੈ ਪਿਛਲੇ ਵਾਰੀ 45000 ਸੀ ਐਤਕੀ ਉਹਨਾਂ ਦੀ 57000 ਤੋ ਇਹ ਸਾਨੂੰ ਸਮਝਣ ਦੀ ਲੋੜ ਹੈ ਕਿਤੇ ਨਾ ਕਿਤੇ ਵੀ ਐਡੀ ਗੱਲ ਨਹੀਂ ਹੈ ਕਿਸਾਨਾਂ ਨੂੰ ਇਸ ਤੋਂ ਸਿੱਖਣ ਦੀ ਲੋੜ ਹੈ ਵੀ ਇਹਦਾ ਮਤਲਬ ਇਹ ਜੋ ਵੋਟ ਦੀ ਝੋਟ ਕਰਨੀ ਹੈ ਤਾਂ ਹਾਂ ਐਡੀਸ਼ਨਲ ਫੈਕਟਰ ਜ਼ਰੂਰ ਹੈ ਵੀ ਜੇ ਕਿਸਾਨ ਉੱਥੇ ਨਾ ਜਾਂਦੇ ਹੋ ਸਕਦਾ ਵੀ ਚੋਟਾ ਦਾ ਹਾਰ ਜਾਂਦਾ ਐਨੀ ਵੀ ਕਿ ਸੰਨ ਦਾ ਪ੍ਰਭਾਵ ਨਹੀਂ ਅਗਲੀ ਗੱਲ ਜਿਹੜੀ ਵੋਟ ਪਰਸੈਂਟੇਜ ਘਟੀ ਹੈ ਉਹਦੇ ਚ ਇਸ ਕਰਦੇ ਵੀ ਭੂਮਿਕਾ ਹੈ ਵੀ ਜਿਹੜੀ 7000 ਵੋਟ ਪਹਿਲਾਂ ਲਈ ਸੀ ਜੀ ਜੀ ਪੀ ਨੇ ਅਤਕੀ ਉਹਨੇ ਇਹਨਾਂ ਨੂੰ ਪਵਾਈਆ ਭਾਜਪੀ ਨਾਲ ਸੰਬੰਧ ਤਾਂ ਨਾ ਹੁੰਦਾ ਉਹਦੋਂ ਵੱਖਰੇ ਲੜੇ ਸੀ ਸੋ ਇਸ ਕਰਕੇ ਫਿਰ ਜੇ ਕਾਂਗਰਸ ਦੀ ਆਪਾਂ ਉੱਪਰਲੀ ਲੀਡਰਸ਼ਿਪ ਦੀ ਗੱਲ ਕਰੀਏ ਵੀ ਉਹਦੀ ਕੋਈ ਭੂਮਿਕਾ ਨਹੀਂ ਹੈ ਉਹਦੀ ਭੂਮਿਕਾ ਤਾਂ ਸਾਰੇ ਇੱਕੋ ਜਿਹੀ ਹੀ ਹੈ ਜਿਹੜੀ ਉੱਪਰ ਦੀ ਲੀਡਰਸ਼ਿਪ ਹੈ ਇਹ ਤਾਂ ਮੈਨ ਲੋਕਲ ਲੀਡਰਸ਼ਿਪ ਦਾ ਵੀ ਭਾਵ ਹੈ ਜੇ ਹਿਮਾਚਲ 'ਚ ਉਹਨਾਂ ਦੀ ਲੋਕਲ ਲੀਡਰਸ਼ਿਪ ਠੀਕ ਫੈਸਲੇ ਕਰ ਗਈ ਚਾਹ ਉਹ ਠੀਕ ਹੋ ਗਿਆ ਹਰਿਆਣੇ ਦੇ ਵਿੱਚ ਉਹ ਪਹਿਲਾਂ 35000 ਵੋਟ ਲਈ ਸੀ ਅੱਜ 20000 ਹੀ ਰਹੀਗੀ ਐਲਨਾਂ ਬਾਅਦ ਉਥੇ ਕਾਂਗਰਸ ਕਿੱਥੇ ਗਈ ਕਿਉਂਕਿ ਉਹਨਾਂ ਦੀ ਟੱਕਰ ਆ ਜਿਆਦਾ ਹੱਥ ਵਿੱਚ। ਛਲਜਾਦੀ ਤੇ ਹੁੱਡੇ ਦੀ ਟੱਕਰ। ਸੋ ਸਾਨੂੰ ਸਾਰੀਆਂ ਗੱਲਾਂ ਪਰਮਿਊਟੇਸ਼ਨ ਕੰਬੀਨੇਸ਼ਨ ਸਮਝਣੇ ਪੈਣਗੇ। ਜੇ ਅਸੀਂ ਐਨਾਲਿਸਿਸ ਇਦਾਂ ਨਹੀਂ ਕਰਾਂਗੇ ਤਾਂ ਸ਼ਾਇਦ ਅਸੀਂ ਵੀ ਇੱਕ ਵਾਰੀ ਹੋ ਕੇ ਕਰ ਰਹੇ ਹੋ। ਮਹਿੰਗਾਈ। ਮਹਿੰਗਾਈ ਤਾਂ ਹੁਣ ਇੰਨੀ ਪੈਟਰੋਲ ਡੀਜ਼ਲ ਨੇ ਤਾਂ ਸਿੱਧਾ ਹੀ ਕਿਉਂਕਿ ਰੋਜ਼ ਹੀ ਭਾਅ ਵਧ ਰਹੇ ਨੇ। ਪੈਟਰੋਲ ਡੀਜ਼ਲ ਤੇ ਰਸੋਈ ਗਾਇ। ਇਹ ਤਾਂ ਰੋਜ਼ ਭਾਅ ਵਧ ਰਿਹਾ। ਔਰ ਪਿਛਲੇ ਦਿਨਾਂ ਚ ਮੈਂ ਕੱਦ ਪਰਸੋਂ ਇੱਕ ਚੈਨਲ ਤੇ ਗੱਲ ਕਰ ਰਿਹਾ ਸੀ ਤੁਸੀਂ ਮੰਨੋਗੇ ਕੱਲੇ ਪੰਜਾਬ ਪੰਜਾਬ ਚੋਂ 5 ਕਰੋੜ ਰੁਪਏ ਦਾ ਮੁਨਾਫਾ ਐਕਸਟਰਾ ਐਕਸਟਰਾ ਮੁਨਾਫਾ ਕੰਪਨੀਆਂ ਨੂੰ ਅਪਹਾਵ ਦਾ ਕਿ ਦਿੱਤਾ ਜਾ ਰਿਹਾ ਰੋਜ਼ ਦਾ ਇਹ ਪੰਜਾਬ ਦਾ 5 ਕਰੋੜ ਰੁਪਏ ਦਾ ਕੰਪਨੀਆਂ ਨੂੰ ਮੁਨਾਫਾ ਵਧੂ ਦਿੱਤਾ ਜਾ ਰਿਹਾ ਕਿਉਂਕਿ ਟੈਕਸ ਸਾਹ ਉਹੀ ਹੈ ਟੈਕਸ ਪਿਛਲੇ 6-8 ਮਹੀਨਾਂ ਚ ਨਹੀਂ ਵਧਾਇਆ ਨਾ ਸਟੇਟ ਦਾ ਨਾ ਸੈਂਟਰ ਦਾ ਜਿੰਨਾ ਤਾਂ ਉੱਥੇ ਵਧ ਗਿਆ ਇੰਟਰਨੈਸ਼ਨਲ ਮਾਰਕੀਟ ਚ ਉਸ ਭਾਅ ਨਾਲ ਕੈਲਕੂਲੇਟ ਕਰ ਲੋ ਤੇ ਇੱਥੇ ਜਿਹੜਾ ਭਾਅ ਹੋ ਨਾ ਫਿਰ ਤੁਹਾਨੂੰ ਪਤਾ ਲੱਗਦਾ ਇਹ ਇਹ ਤਾਂ 4 ਰੁਪਏ ਡਿਟਰ ਦਾ ਮੁਨਾਫਾ ਡੀਜ਼ਲ ਕਿ ਵੀ ਪੈਟਰੋਲ ਕਿ ਵੀ ਕੰਪਨੀ ਨੂੰ ਦਿੱਤਾ ਜਾ ਰਿਹਾ ਕਿਉਂਕਿ ਭਾਅ ਦਾ ਫਰਕ ਥੱਲੇ ਜਦ ਭਾਅ ਮਹਿੰਗਾ ਸੀ ਉਦੋਂ 106 ਰੁਪਏ ਸੀ ਡਿੱਡੀ ਚ ਪੈਟਰੋਲ ਜਦ ਭਾਅ ਇੰਟਰਨੈਸ਼ਨਲ ਸਸਤਾ ਹੋ ਗਿਆ ਉਦੋਂ 6455 ਸੀ ਹੁਣ 899 ਰਹਿ ਗਿਆ ਜੇ 899 ਰਹਿ ਗਿਆ ਭਾਅ 6455 ਚੋਂ ਘੱਟ ਕੇ ਤੇ ਦਿੱਲੀ ਚ ਭਾਅ ਪੈਟਰੋਲ ਦਾ 111 ਕਰਤਾ ਇਹਦਾ ਮਤਲਬ ਲੁੱਟ ਕੰਪਨੀ ਕੋਲ ਗਈ ਨਾ ਉਹ ਤਾਂ ਸੋ ਸਾਡੇ ਫਾਰਮੂਲੇ ਚ ਸਾਡਾ ਫੈਸਲਾ ਕਰਨ ਕਿ ਉਹੀ ਗੱਲ ਵੀ ਜਦ ਦਾ ਭਾਅ ਇੰਟਰਨੈਸ਼ਨਲ ਮਾਰਕੀਟ ਚ ਵੱਧਦੇ ਨੇ ਉਦੋਂ ਮਹਿੰਗਾ ਕਰ ਦੋ ਤੇ ਜਦ ਘਟਦੇ ਨੇ ਉਦੋਂ ਘਟਾਓ ਨਾ ਐਸੀ ਜੀਵ ਚ ਆ ਗਈ ਅਰੇ ਇਹ ਤਾਂ ਲਗਾਤਾਰ ਆ ਰਹੇ ਨੇ ਜਿਵੇਂ 2 ਦਿਨਾਂ ਪਹਿਲਾਂ ਮੈਂ ਕਹਿਣਾ ਹੁੰਦਾ ਅੱਜ ਮੈਨੂੰ ਹੁਣ ਤੀਜੀ ਇਹ ਮੇਰੇ ਮਨ ਚ ਆ ਗਈ ਹੈ ਆਮ ਤੌਰ ਤੇ ਵਪਾਰੀ ਸਰਟਨ ਨਹੀਂ ਹੁੰਦਾ ਵੀ ਮੈਨੂੰ ਮੁਨਾਫਾ ਹੋਏਗਾ ਨਹੀਂ ਹੋਏਗਾ ਪਰ ਜਿਹੜਿਆ ਐਜੂਕੇਸ਼ਨ ਇੰਸਟੀਚੂਨਾਂ ਖੋਲਦੇ ਨੇ ਨਾ ਇਹਨਾਂ ਨੂੰ ਪੱਕਾ ਮੁਨਾਫਾ ਹੀ ਮੁਨਾਫਾ ਫੋੜਨ ਸਾਲ ਪਹਿਲੇ ਦਿਨ ਹੀ ਲਾਖੜੇ ਕਰਕੇ ਪੈਸੇ ਆ ਜਾਂਦੇ ਨੇ ਉਹਦੇ ਨਾਲ ਹੀ ਜ਼ਮੀਨਾਂ ਖੋਲਦੇ ਨੇ ਉਹਦੇ ਨਾਲ ਹੀ ਬਿਲਡਿੰਗਾਂ ਬਣਾ ਲੈਂਦੇ ਨੇ ਇਦਾਂ ਹੀ ਜਿਹੜਿਆ ਬਿਲਡਰ ਨੇ ਇਹ ਲੋਕਾਂ ਤੋਂ ਪਹਿਲਾਂ ਹੀ ਪੈਸੇ ਲੈ ਲੈਂਦੇ ਨੇ ਦੋ ਚਾਰ ਕਮਰੇ ਜਿਹਾ ਦਿਖਾ ਕੇ ਵੀ ਅਸੀਂ ਆਹ ਦੇਖੋ ਜੀ ਐਂ ਕਰ ਰਿਹਾ ਮੁਰਕੇ ਭਾਵੇਂ ਆਪ ਨੂੰ ਪਤਾ ਹੀ ਹੈ ਜੋ ਕੁਝ ਹੋ ਰਿਹਾ ਹੁਣ ਮੈਨੂੰ ਤੀਜੀ ਗੱਲ ਚ ਲੱਗਦਾ ਵੀ ਪਟਾਖ ਤਾਂ ਰੋਜ਼ ਦਾ ਰੋਜ਼ ਪੈਸਾ ਆ ਰਿਹਾ ਗੇਰ ਚ ਸੁੱਤੋਈ ਔਰ ਉਹ ਵੀ ਅ ਉਹ ਕੋਈ ਆਇਆ ਨਹੀਂ ਅਭੀ 5 7 ਤੋਂ 10 ਰੁਪਏ ਨੇ ਅਰਬ ਰੁਪਇਆ ਸੋ ਭਾਰਤ ਸਰਕਾਰ ਕੱਢੀ 5 ਕਰੋੜ ਰੁਪਇਆ ਸਰਾਨਾ ਟੈਕਸ ਟੈਕਸ ਦਾ ਪੈਟਰੋਲ ਡੀਜ਼ਲ ਜੋ ਇਕੱਠਾ ਕਰੀਆ ਗਿਆ ਇਸ ਚ ਇਹ ਕੋਈ ਥੋੜੀ ਗੱਲ ਹੈ 15 ਕਰੋੜ ਟੋਟਲ ਹੈ ਉਹ ਜੋ 5 ਕਰੋੜ ਕੱਲ ਹੀ ਪਾ ਉਹ ਕਰ ਲਿਆ ਇਸ ਤੋਂ ਤੇ ਫਿਰ ਰਹਿਦਾ ਮਤੀਜਾ ਹਿੱਸਾ ਕਰ ਲੈ ਪਟੌੜੀ ਦਾ ਸੋ ਇਸ ਤੋਂ ਆਪ ਸਮਝ ਕੇ ਚੱਲਿਏ ਕਿ ਜਦ ਅਸੀਂ ਐਨਾਲਿਸਿਸ ਕਰਨੀ ਹੈ ਤਾਂ ਸਾਨੂੰ ਸਪਸ਼ਟ ਹੋਵੇ ਕਿ ਇਹ ਪਾਰਟੀ ਦਾ ਵੀ ਹੁੰਕਾ ਹੈ ਕਿ ਇਹ ਕੇਂਦਰ ਦੀ ਲੀਡਰਸ਼ਿਪ ਦੀ ਵੀ ਇਹਦੇ ਚ ਬੀਜੇਪੀ ਦੀ ਬੇਇੱਜ਼ਤੀ ਹੋਈ ਹੈ ਜਿਹੜੀ ਉਹਦੀ ਵੀ ਭੂਮਿਕਾ ਹੈ ਇਹਦੇ ਵਿੱਚ ਲੋਕਲ ਪਾਰਟੀਆਂ ਦੀ ਵੀ ਭੂਮਿਕਾ ਹੈ ਸਥਾਨਕ ਜਿਹੜੀਆਂ ਪਾਰਟੀਆਂ ਨੇ ਸੰਬੰਧਿਤ ਇਹਦੇ ਵਿੱਚ ਤੋੜ ਜੋੜ ਦੀ ਵੀ ਭੂਮਿਕਾ ਹੈ ਕਿਉਂ ਰਾਜਸਥਾਨ ਚ ਜਿੱਤੇ ਨੇ ਮੱਧ ਪ੍ਰਦੇਸ਼ ਦੀ ਇੱਕ ਸੀਟ ਖੋਹੀ ਹੈ ਇਹਨਾਂ ਤੋਂ ਕਾਂਗਰਸ ਨੇ ਕਰਨਾਟਕਾ ਦੀ ਇੱਕ ਸੀਟ ਲਈ ਹੈ ਉੱਥੇ ਇਹਨਾਂ ਤੋਂ ਲਈ ਹੈ ਨਾ ਕਾਂਗਰਸ ਨੇ ਇਹ ਇਹ ਆਪ ਰਾਜ ਕਰਦੀ ਸੀ ਉੱਥੇ ਸੋ ਜਿੱਤੇ ਹੁਣ ਆਪਾਂ ਜਿਹੜੀ ਮੁਕਸਰੇ ਇਸ ਨੂੰ ਜੇ ਦੇਖੀਏ ਇਹ ਜਿਹੜੀਆਂ 29 ਸੀਟਾਂ ਚ ਤਿੰਜੀ ਚੋਣ ਹੋਈ ਹੈ ਇਹਦੇ ਵਿੱਚ ਜਿਹੜੀ ਕਾਂਗਰਸ ਹੈ ਉਹਦੀ ਪਰਫਾਰਮੈਂਸ ਓਵਰਆਲ ਬੈਟਰ ਹੈ ਬੀਜੇਪੀ ਦੀ ਪਰਫਾਰਮੈਂਸ ਸੱਲੇ ਗਈ ਹੈ ਅਰੇ ਜਿੱਥੇ ਜਿੱਤੀ ਵੀ ਹੈ ਉੱਥੇ ਵੀ ਜਿੱਥੇ ਹਾਰੀ ਵੀ ਹੈ ਉੱਥੇ ਵੀ ਜਿਹੜੀ ਅਸਾਮ ਚ 5 ਸੀਟਾਂ ਜਿੱਤੀਆਂ ਨੇ ਬੀਜੇਪੀ ਨੇ ਟੋਟਲ 8 ਨੇ 5 ਤਾਂ ਅਸਾਮ ਕੀ ਨੇ ਉਹ 5 ਸੀਟਾਂ ਤਾਂ 2 ਤਾਂ ਕਾਂਗਰਸ ਦੇ ਰਿਬੈਲ ਗਏ ਨੇ ਉੱਥੇ ਹੋ ਜਿੱਤੇ ਨੇ ਇੰਨੇ ਇਹਨਾਂ ਦੀਆਂ ਆਲਦੀਆਂ ਕਹ ਲੋ ਉਹ ਵੀ ਅਲਾਈਅੰਸ ਹੈ ਇਹਨਾਂ ਦੀ ਉੱਥੇ ਜਿੰਨੀਆਂ ਨਾਰਥ-ਈਸਟ ਚ ਸੀ ਟੈਂਕ ਨੇ ਲਾਇਆ ਨਾਰਥ-ਈਸਟ ਜਿਹੇ ਹੈ ਈਵਨ ਸੋ ਮਚ ਸੋਈ ਕੋ ਪੰਜਾਬੀ ਦਾ ਅਖਬਾਰ ਹੈ ਬੜਾ ਪਪੂਲਰ ਅਖਬਾਰ ਉਹਨੇ ਵੀ ਇਸ ਜਿੱਤ ਨੂੰ ਘਟਾ ਕੇ ਲਾਇਆ ਜਿਵੇਂ ਕਈ ਵਾਰ ਲੋਕਾਂ ਦੇ ਮਨ ਚ ਪਤਾ ਨਹੀਂ ਕਾਂਗਰਸ ਦੇ ਪ੍ਰਤੀ ਮੈਂ ਕੋਈ ਕਾਂਗਰਸੀ ਨਹੀਂ ਹਾਂ ਨਾ ਮੈਂ ਕਦੇ ਕਾਂਗਰਸੀ ਹੋਇਆ ਪਰ ਅੱਜ ਦੇਸ਼ ਦੇ ਵਿੱਚ ਮੋਦੀ ਨੂੰ ਟੱਕਰ ਦੇਣ ਵਾਸਤੇ ਕਿਸੇ ਨੈਸ਼ਨਲ ਪਾਰਟੀ ਦੀ ਲੋੜ ਹੈ ਉਸ ਨੈਸ਼ਨਲ ਪਾਰਟੀ ਦੇ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਆਉਣਾ ਚਾਹੀਦਾ ਹੈ ਉਹਨਾਂ ਨੂੰ ਆਪਸ ਵਿੱਚ ਸਮਝੌਤੇ ਕਰਨੇ ਚਾਹੀਦੇ ਨੇ ਜੇ ਨਹੀਂ ਕਰਨਗੇ ਤਾਂ ਮਾਰ ਖਾਂਣਗੇ ਕੱਲੀ ਕਾਂਗਰਸ ਤਾਂ ਉਹਨੂੰ ਹਰਾ ਨਹੀਂ ਸਕਦੀ ਜੋਰ ਲਾ ਦੇ ਹੁਣ ਜੇ ਬੰਗਾਲ ਦੇ ਵਿੱਚ ਚਾਰੇ ਦੀ ਚਾਰੇ ਸੀਟਾਂ ਮਮਤਾ ਬੈਂਰਜੀ ਨੇ ਲਈਆਂ ਨੇ ਉਹਦੇ ਵਿੱਚ ਕਿਸਾਨਾਂ ਨੂੰ ਦੁਰਦੰਡਾ ਵੀ ਅਸਰ ਹੈ ਉਹਦੇ ਵਿੱਚ ਮਮਤਾ ਬੈਂਰਜੀ ਦਾ ਆਪਦੀ ਜਿਹੜੀ ਉਹਨੇ ਘੱਟੋ ਘੱਟ ਆਪਦੀ ਸਟੇਟ ਵਾਸਤੇ ਲੜਾਈ ਮੋਦੀ ਨਾਲ ਕਰੀ ਹੈ ਉਹ ਉਹਨੂੰ ਬਹਾਦਰ ਤਾਂ ਨਹੀਂ ਜਾਂਦਾ ਨਾ ਇਹ ਤਾਂ ਆਪਾਂ ਤੁਸੀਂ ਇਹ ਮੈਨੂੰ ਬੰਗਾਲ ਦਾ ਤਾਂ ਪਤਾ ਨਹੀਂ ਆਪਾਂ ਪੰਜਾਬੀ ਤੋਂ ਫੱਟ ਜਿਹੜਾ ਬੰਦਾ ਐ ਖੜ ਜੇ ਵੀ ਚੰਗਾ ਕਿਸੇ ਗੁੰਡੇ ਦੇ ਖਿਲਾਫ ਬਦਮਾਸ਼ ਦੇ ਖਿਲਾਫ ਵੀ ਆ ਗਿਆ ਯਾਰ ਦੇਖੀ ਜੋ ਉਹ ਕਹਿੰਦੇ ਯਾਰ ਆ ਬੰਦਾ ਆ ਫਰੀ ਤਾਂ ਲੜਾਈ ਤਾਂ ਆ ਕਰੂਗਾ ਬਾਦਰੀ ਤਾਂ ਕੋਈ ਮੋਲ ਹੈਗਾ ਹੀ ਹੈ ਨਾ ਇਹ ਤਾਂ ਕੋਈ ਹੈ ਨਹੀਂ ਸੋ ਇਸ ਕਰਕੇ ਮਮਤਾ ਬੈਂਡਰ ਜੀ ਤਾਂ ਦਿੱਤੀ ਹੈ ਅੱਛਾ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਕਿਉਂਕਿ ਕਾਂਗਰਸ ਨੇ ਵੀ ਆਪ ਦਾ ਵਿਚ ਵਿਚਾਰ ਰੱਖਿਆ ਜਿਹੜੀ ਆਰਜੀਡੀ ਹੈ ਉਹ ਆਪਦਾ ਉਸ ਤਰ੍ਹਾਂ ਦਾ ਕਰ ਨਹੀਂ ਉਸ ਨਾਲ ਹਾਲਾਂਕਿ ਟੱਕਰ ਦੇ ਵਿੱਚ ਰਹੇ ਨੇ ਪਰ ਹਾਰੇ ਤਾਂ ਦੋਨੇ ਸੀਟਾਂ ਨੇ ਜੇ ਜੀ ਜਿੱਤੀ ਹੈ ਉਹਦੇ ਜੀਡੀਪੀ ਜਿੱਤਣ ਨਾਲ ਜੇ ਬੀਜੇਪੀ ਕਹੇ ਦੇਖੋ ਜੀ ਕਿਸਾਨ ਅੰਦੋਲਨ ਨਾਲ ਕੋਈ ਫਰਕ ਹੀ ਨਹੀਂ ਪਿਆ ਉਹ ਵੀ ਗਲਤ ਹੋਏਗਾ ਜਿਵੇਂ ਆਪਾਂ ਕਹਿੰਦੇ ਆ ਕਿਸਾਨ ਅੰਦੋਲਨ ਕਰਕੇ ਜਿੱਤ ਗਏ ਇਹ ਵੀ ਗਲਤ ਹੈ ਜੇ ਕੋਈ ਕਹੇ ਕਿਸਾਨ ਅੰਦੋਲਨ ਦਾ ਕੋਈ ਫਰਕ ਹੀ ਨਹੀਂ ਪਿਆ ਇਹ ਵੀ ਗਲਤ ਹੈ ਕਿਸਾਨ ਅੰਦੋਲਨ ਦਾ ਸਿਰਫੀ ਤੌਰ ਦੇ ਉੱਤੇ ਫਰਕ ਪੈ ਰਿਹਾ ਹੈ ਗੁਨਾਤਮਕ ਫਰਕ ਵੀ ਪੈ ਰਿਹਾ ਹੈ ਗਿਨ ਆਤਮਕ ਵੀ ਪੈ ਰਿਹਾ ਹੈ ਜਨਕੀ ਤਾ ਲੋਕਾਂ ਦੀ ਭਾਵਨਾਵਾਂ ਬਨ ਚ ਫਰਕ ਪੈ ਰਿਹਾ ਗੁਨਾਤਮਕ ਤਾਂ ਜਿਨਾਂ ਆਤਮਕੋ ਵੋਟਾਂ ਤੇ ਵੀ ਅਸਰ ਪਾਉਂਦਾ ਵੀ ਵੋਟਾਂ ਦੀ ਗਿਣਤੀ ਵੀ ਜੇ ਮੈਂ ਇਹ ਕਿਹਾ ਐਨਆਵਾਦੀ ਸੀਟ ਬਾਰੇ ਵੀ ਜੇ ਕਿਸਾਨ ਉੱਥੇ ਐਨਾਂ ਜੋਰ ਨਾਲ ਆਉਂਦੇ ਤਾਂ ਹੋ ਸਕਦਾ ਹੈ ਕਿ ਉਹ ਜਿੱਤਦਾ ਵੀ ਨਾ ਅਵੇ ਚਟਾਣਾ ਸੋ ਇਸ ਕਰਕੇ ਉਹਦੀ ਭੂਮਿਕਾ ਹੈਗੀ ਹੈ ਪਰ ਜੇ ਕੋਈ ਸਭ ਕੁਝ ਹੀ ਕਹਿੰਦਾ ਹੁਣ ਜਿਵੇਂ ਅੱਜ ਚਟਾਨੀ ਸਾਹਿਬ ਬਿਆਨ ਜਟੂਨੀ ਸਾਹਿਬ ਬਿਆਨ ਦੇ ਰਹੇ ਸੀ ਬੇਜਤ ਪਾਰਟੀ ਬਣਾ ਲੈਣੀ ਹੈ ਪੰਜਾਬ 'ਚ ਹੁਣ ਕਹੋ ਵੀ ਤੁਸੀਂ ਆਹ ਐਨਆਵਾਦੀ ਉਹਨੂੰ ਰਾਗੇ ਹੁੰਦੇ ਬੁਰੀ ਤਰ੍ਹਾਂ ਫਿਰ ਤਾਂ ਪਰ ਮੰਨ ਲੈਂਦੇ ਵੀ ਪੰਜਾਬ 'ਚ ਵੀ ਕੁਝ ਕਰੋਗੇ ਨਹੀਂ ਤੁਸੀਂ ਵੋਟਾਂ ਵੰਡਣ ਦੀ ਗੱਲ ਕਰੋਗੇ ਆ ਕੇ ਜਿੰਨਾ ਚਿਰ ਪੂਰਾ ਕਿਸਾਨ ਮੋਰਚਾ ਨਹੀਂ ਕਰਦਾ ਜਾਂ ਤਾਂ ਸਾਰਾ ਕਿਸਾਨ ਮੋਰਚਾ ਇਹ ਫੈਸਲਾ ਕਰ ਲੇ ਵੀ ਬਿਲ ਵਾਪਸ ਹੋਣ ਨਾ ਹੋਣ ਆਪਾਂ ਤਾਂ ਪੰਜਾਬ 'ਚ ਕਿੱਥੇ ਬੰਦ ਨਹੀਂ ਆ ਉਹ ਸਿਆਣੇ ਨੇ ਉਹ ਨਹੀਂ ਬੰਦੇ ਇਹ ਪਰ ਚਰਦونی ਸਾਹਿਬ ਨੂੰ ਪਤਾ ਨਹੀਂ ਕਿੱਥੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੀ ਲੱਗਿਆ ਹੋਇਆ ਵੀ ਮੈਂ ਇਹ ਜ਼ਰੂਰ ਹਰੇ ਖੜੇ ਹੋਣਾ ਔਰ ਉਹ ਬੰਦੇ ਇਹਨਾਂ ਨਾਲ ਆਉਂਦੇ ਨੇ ਜਿਹੜੇ ਬੰਦੇ ਕਿਸਾਨ ਮੋਰਚੇ ਦਾ ਬਹੁਤ ਸੇ ਵਾਰੀ ਵਿਰੋਧ ਕਰਦੇ ਰਹੇ ਸੋ ਸਾਨੂੰ ਇਸ ਗੱਲ ਨੂੰ ਸੰਤ ਸਭ ਤੁਸੀਂ ਬਹੁਤ ਸੋਹਣਾ ਸਵਾਲ ਕਰਿਆ ਸੀ ਤੇ ਬੀੜਾ ਪਰ ਮੇਰੇ ਥੋੜੇ ਜਿਹਾ ਮਤਭੇਦ ਹੈਗਾ ਪਰ ਗੱਲ ਤੁਹਾਡੀ ਠੀਕ ਹੈ। ਨਾ ਤਾਂ راہੁਲ ਗਾਂਧੀ ਨੂੰ ਆਪਣੇ ਜੁਮੇ ਸਿਰ ਬੰਨਣਾ ਚਾਹੀਦਾ। ਨਾ ਜਿਹਨੀਆਂ ਸਟੇਟਾਂਆਂ ਜਾਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਕਰਦਿਆਂ ਨੂੰ ਬੰਨਣਾ ਚਾਹੀਦਾ। ਇਹ ਸਭ ਮਿਲ ਕੇ ਰ ਗਿਆ ਤੇ ਉਹਦੇ ਚ ਕਿਸਾਨ ਅੰਦੋਲਨ ਦੀ ਭੂਮਿਕਾ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਮੈਂ ਨਹੀਂ ਕਹਣਾ ਉਹਨੂੰ ਵਧਾ ਕੇ ਦੇਖਣ। ਉਹਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਸੇ ਤਰ੍ਹਾਂ ਜੋ ਮੋਦੀ ਕਰਦਾ ਹੈ ਉਹਦੀ ਨੈਗੇਟਿਵ ਭੂਮਿਕਾ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਸੀ ਤਰ੍ਹਾਂ ਜੋ ਮਹਿੰਗਾਈ ਹੋ ਰਹੀ ਆ ਦਿਨ-ਬਦਨ ਉਹਦੀ ਭੂਮਿਕਾ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ ਕਿ ਇੱਕ ਜਿਹੜੀ ਬੀਜੇਪੀ ਤੋੜ-ਜੋੜ ਕਰਨ ਚ ਮਾਹਰ ਹੈ ਉਹਦੀ ਭੂਮਿਕਾ ਨੂੰ ਵੀ ਘਟਾ ਕੇ ਨਹੀਂ ਦੇਖਣਾ ਚਾਹੀਦਾ ਇਹ ਸਾਰਾ ਕੁਝ ਆ ਪੰਜਾਬ ਦਾ ਜਿਹੜਾ ਪਹਿਲਾ ਸਵਾਲ ਆਪਾਂ ਕਰੇ ਸੀ ਉਹਦੇ ਚ ਆ ਗਈ ਹੈ ਬੀਜੇਪੀ ਦੀ ਵੀ ਇੱਕ ਭੂਮਿਕਾ ਤੋੜ-ਜੋੜ ਕਰਨ ਦੀ ਬਹੁਤ-ਬਹੁਤ ਸ਼ੁਕਰੀਆ ਬੱਸ ਸਭ ਤੋਂ ਬਹੁਤ ਕੀਮਤੀ ਵਕਤ ਸਾਡੇ ਨਾਲ ਲਾਇਆ ਆਪਣਾ ਔਰ ਬਿਲਕੁਲ ਕਲੈਰਿਟੀ ਦੇ ਵਿੱਚ ਤੁਸੀਂ ਦੱਸਿਆ ਕਿਉਂਕਿ ਦਰਸ਼ਕਾਂ ਜਦ ਤੁਹਾਨੂੰ ਸੁਣਦੇ ਆ ਤਾਂ ਉਹਨਾਂ ਨੂੰ ਹਮੇਸ਼ਾ ਆਸ ਹੁੰਦੀ ਆ ਮੈਂ ਉਸ ਦਿਨ ਵੀ ਦੇਖਿਆ ਸੀ ਜਦ ਤੁਸੀਂ ਪਟਿਆਲੇ ਆਪਣੇ ਪੰਚਾਇਤਾਂ ਦੇ ਉੱਤੇ ਬੋਲ ਰਹੇ ਸੀਗੇ ਤੇ ਜਦ ਤੱਕ ਲੋਕਾਂ ਨੂੰ ਕਨਸੈਪਟ ਨਹੀਂ ਕਲੀਅਰ ਹੋਏਗਾ ਕਿ ਅਸੀਂ ਕਿਸ ਕਿਰਦਾਰ ਵਿੱਚ ਕਿਵੇਂ ਵਿਚਰਨਾ ਹੈਗਾ ਲੋਕਤੰਤਰ ਵਿੱਚ ਉਹ ਉਹ ਨਹੀਂ ਰਿਜ਼ਲਟ ਨਹੀਂ ਆ ਸਕਦੇ ਸਾਨੂੰ ਇਸ ਲਈ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਹੈਗੀ ਆ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਵਕਤ ਦਿੱਤਾ ਔਰ ਬਸ ਦਾ ਨ ਵੀ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਵਕਤ ਦਿੱਤਾ ਬਹੁਤ ਬਹੁਤ ਧੰਨਵਾਦ